ਪਰਮਾਤੋ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥੋ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾ ਏਕਾਂਕਾਰ ਸਤਿਗ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਬਿਘਨ ਬਿਨਾਸਨ ਸ੍ਰੀ ਵਾਹਿਗੁਰੂ ਜੀ ਕੀ ਵਿਘਨ ਵਿਨਾਸਨ ਸੋਏ ਮਿਲਨ ਆਪ ਕੋ ਸਫਲ ਹੋਏ ਜੋ ਪ੍ਰਾਪਤ ਕਰ ਦੇਵੋ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਨਿਧਾਨ ਗਰੀਬ ਨਿਵਾਜ ਸਤਿਗੁਰੂ ਪਤਿਤ ਪਾਵਨ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਦੇ ਕੀਰਤਨ ਔਰ ਉਸ ਤੋਂ ਪਹਿਲਾਂ ਸ੍ਰੀ ਰਹਿਰਾਜ ਸਾਹਿਬ ਜੀਆਂ ਦੇ ਪਾਠ ਸਰਵਣ ਕੀਤੇ। ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਹਰ ਰਾਏ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਦਿੱਲੀ ਵਿੱਚ ਪਹੁੰਚੇ ਨੇ। ਬਾਦਸ਼ਾਹ ਔਰੰਗਜ਼ੇਬ ਦੇ ਨਾਲ ਕਈ ਤਰ੍ਹਾਂ ਦੇ ਬਚਨ ਬਿਲਾਸ ਹੋਏ। ਇੱਕ ਦਿਨ ਕਾਜੀ ਮੁਲਾਣਿਆਂ ਨੇ ਬਾਦਸ਼ਾਹ ਨੂੰ ਸਿਖਾ ਦਿੱਤਾ ਵੀ ਬਾਬਾ ਰਾਮ ਰਾਏ ਦੇ ਕੋਲੋਂ ਸਵਰਗਾਂ ਦੇ ਜਿਹੜੇ ਫਲ ਨੇ ਕਲਪ ਬ੍ਰਿਸ਼ ਦੇ ਮੰਗਾਏ ਜਾਣ। ਇਹਨਾਂ ਦੀ ਵਿਚਾਰ ਇਹ ਹੈ ਵੀ ਬਾਬਾ ਰਾਮ ਰਾਏ ਜੀ ਸਵਰਗਾਂ ਦੇ ਫਲ ਮੰਗਾ ਨਹੀਂ ਸਕਦੇ ਅਤੇ ਬਾਦਸ਼ਾਹ ਇਹਨਾਂ ਨਾਲ ਨਾਰਾਜ਼ ਹੋ ਜਾਏਗਾ। ਅੱਜ ਬਾਬਾ ਰਾਮ ਰਾਏ ਜੀ ਜਿਸ ਵੇਲੇ ਆਏ ਨੇ ਕਚਹਿਰੀ ਦੇ ਵਿੱਚ ਅਤੇ ਬਾਦਸ਼ਾਹ ਔਰੰਗਜ਼ੇਬ ਨੇ ਆਖਿਆ, ਕਹਿਣ ਲੱਗਾ ਬਾਬਾ ਰਾਮ ਰਾਏ ਜੀ, ਮੈਂ ਸੁਣਿਆ ਸਵਰਗਾਂ ਦੇ ਵਿੱਚ ਇੱਕ ਕਲਪ ਬ੍ਰਿਸ਼ ਨਾਮ ਦਾ ਇੱਕ ਰੁੱਖ ਹੈ, ਉਹਨੂੰ ਬੜੇ ਸੁੰਦਰ ਫਲ ਲੱਗਦੇ ਨੇ, ਕਿਰਪਾ ਕਰਕੇ ਮੈਨੂੰ ਮੰਗਾ ਕੇ ਦਿਓ। ਇਹ ਬਚਨ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤੇ ਨੇ, ਇੱਥੋਂ ਪ੍ਰਸੰਗ ਅੱਗੇ ਪ੍ਰਾਰੰਭ ਹੋਵੇਗਾ। ਆਓ ਮਨ ਬਿਰਤੀਆਂ ਟਿਕਾਈਏ, ਗੁਰੂ ਚਰਨਾਂ ਦੇ ਅੰਦਰ ਬੜੀ ਭਾਵਨਾ ਦੇ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਿਲਨ ਆਪ ਕੋ ਸਫਲ ਹੋਏ। ਸੋ ਇਹ ਔਰੰਗਜ਼ੇਬ ਕਹਿ ਰਿਹਾ, ਕਹਿਣ ਲੱਗਾ ਜੀ ਸਾਡਾ ਅਤੇ ਤੁਹਾਡਾ, ਮੇਰਾ ਅਤੇ ਤੁਹਾਡਾ ਮਿਲਿਆ ਤਾਂ ਹੀ ਸਫਲਾ ਹੈ ਨਾ, ਜਿਹੜੀ ਹੁਣ ਮੇਰੇ ਮਨ ਦੀ ਤਮੰਨਾ ਤੁਸੀਂ ਉਹ ਪੂਰੀ ਕਰੋ। ਤਮੰਨਾ ਕੀ ਹੈ? ਵੀ ਸਵਰਗ ਦੇ ਰੁੱਖ ਦਾ ਫਲ ਮੈਂ ਖਾਵਾਂ, ਇਹ ਮੇਰੀ ਤਮੰਨਾ ਹੈ। ਜੇ ਤੁਸੀਂ ਮੇਰੀ ਇੱਛਾ ਪੂਰੀ ਕਰ ਦਿਓ ਬਾਬਾ ਰਾਮ ਰਾਏ ਜੀ, ਤਾਂ ਫਿਰ ਸਾਡਾ ਅਤੇ ਤੁਹਾਡਾ ਮਿਲਣਾ ਸਫਲਾ ਹੋ ਜਾਏਗਾ। ਇਸ ਕਰਕੇ ਕਿਰਪਾ ਕਰੋ, ਜੋ ਪ੍ਰਾਪਤ ਕਰ ਦੇਵੋ ਸੋਏ। ਅਤੇ ਇਹ ਜਿਹੜੀ ਮੈਨੂੰ ਚੀਜ਼ ਚਾਹੀਦੀ ਹੈ ਜੇ ਤੁਸੀਂ ਕਿਤੇ ਪ੍ਰਾਪਤ ਕਰਵਾ ਦਿਓ, ਕਿਉਂਕਿ ਮੇਰੇ ਹੱਥ ਵਿੱਚ ਤਾਂ ਇੰਨਾ ਜ਼ੋਰ ਨਹੀਂ ਹੈ, ਤੁਹਾਡੇ ਹੱਥ ਵਿੱਚ ਇੰਨੀ ਪਹੁੰਚ ਹੈ, ਜੇ ਤੁਸੀਂ ਮੇਰੇ 'ਤੇ ਕਰ ਦਿਓ ਕਿਰਪਾ, ਆਨਾ ਬਹਾਨਾ ਨਾ ਲਾਓ, ਮੈਨੂੰ ਉਹ ਫਲ ਲਿਆ ਦਿਓ। ਅਤੇ ਕਹਿਣ ਲੱਗੇ ਫਿਰ ਮੈਂ ਇਹ ਤੁਹਾਡਾ ਜਿਹੜਾ ਨਾ ਸ਼ੁਕਰ ਗੁਜ਼ਾਰ ਹੋਵਾਂਗਾ। ਸੁਣ ਸਤਿਗੁਰ ਸੁਤ ਫਲ ਮੰਗਵਾਇਓ। ਉਸ ਵੇਲੇ ਬਾਬਾ ਰਾਮ ਰਾਏ ਜੀ ਨੇ ਸੁਣੇ ਨਾ ਜਦੋਂ ਬਚਨ ਬਾਦਸ਼ਾਹ ਔਰੰਗਜ਼ੇਬ ਦੇ, ਅਤੇ ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਵੀ ਇਹ ਤਾਂ ਕੋਈ ਵੱਡੀ ਗੱਲ ਹੈ ਹੀ ਨਹੀਂ ਹੈ ਬਾਦਸ਼ਾਹ, ਇਹ ਤੈਨੂੰ ਫਲ ਅਸੀਂ ਮੰਗਾ ਦਿੰਦੇ ਹਾਂ ਜੇ ਤੇਰੀ ਇੰਨੀ ਇੱਛਾ ਹੈ। ਅਤੇ ਕਹਿਣ ਲੱਗੇ ਫਿਰ ਆਪਣਾ ਉੱਪਰ ਹੱਥ ਉਠਾਇਓ। ਅਤੇ ਬਾਬਾ ਰਾਮ ਰਾਏ ਨੇ ਬੈਠਿਆਂ ਬੈਠਿਆਂ ਆਪਣਾ ਇੱਕ ਹੱਥ ਨਾ ਤਾਂ ਨੂੰ ਕੀਤਾ, ਜਿਵੇਂ ਆਪਾਂ ਕਿਸੇ ਰੁੱਖ ਨੂੰ ਫਲ ਲੱਗੇ ਹੋਣ ਅਤੇ ਆਪਾਂ ਉਹਨੂੰ ਹੱਥ ਲਾ ਕੇ ਤੋੜੀਦਾ ਨਾ ਫਲ ਨੂੰ, ਇਸ ਤਰ੍ਹਾਂ ਬਾਬਾ ਰਾਮ ਰਾਏ ਨੇ ਆਪਣਾ ਇੱਕ ਹੱਥ ਉੱਪਰ ਨੂੰ ਚੁੱਕਿਆ ਹੈ। ਆਨ ਪਰਿਓ ਤਤਸ਼ਨ ਤਿਸਮਾਹੀ। ਅਤੇ ਕਹਿਣ ਲੱਗੇ ਵੀ ਜਦੋਂ ਹੱਥ ਉੱਪਰ ਨੂੰ ਚੁੱਕਿਆ
ਅਤੇ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਕਹਿਣ ਲੱਗੀ ਵੀ ਇੱਕ ਫਲ ਬਾਬਾ ਰਾਮ ਰਾਏ ਨੇ ਆਪਣੇ ਹੱਥ ਵਿੱਚ ਫੜਿਆ ਹੋਇਆ ਸਾਰਿਆਂ ਨੂੰ ਦਿਖਾਈ ਦਿੰਦਾ ਹੈ। ਤਨਕ ਬਲੰਬ ਲੱਗੀ ਤਵ ਮਾਹੀ, ਕਹਿਣ ਲੱਗੇ ਵੀ ਥੋੜ੍ਹਾ ਜਿੰਨਾ ਵੀ ਟਾਈਮ ਨਹੀਂ ਲੱਗਾ, ਇਹ ਨਹੀਂ ਵੀ ਆਖਿਆ ਵੀ 5-10 ਮਿੰਟ ਲੱਗ ਜਾਣਗੇ, ਬਹੁਤਾ ਸਮਾਂ ਲੱਗ ਜਾਏਗਾ, ਨਹੀਂ। ਤਨਕ ਬਿਲੰਬ, ਥੋੜ੍ਹਾ ਜਿੰਨਾ ਵੀ ਟਾਈਮ ਨਹੀਂ ਲੱਗਾ, ਮੰਨ ਲਓ ਵੀ ਪਹਿਲਾਂ ਹੀ ਟਾਹਣੀ ਨੂੰ ਪੱਕਾ ਹੋਇਆ ਫਲ ਲੱਗਾ ਅਤੇ ਬਾਬਾ ਰਾਮ ਰਾਏ ਨੇ ਜਿਵੇਂ ਤੋੜ ਕੇ ਕੋਈ ਚੀਜ਼ ਦੇ ਦਿੱਤੀ ਹੈ, ਝੱਟ ਹੀ ਉਹ ਜਿਹੜਾ ਫਲ ਹੈ ਨਾ ਉਸ ਵੇਲੇ ਵਿਖਾ ਦਿੱਤਾ ਹੈ। ਸੋ ਫਲ ਨੌਰੰਗ ਕੇ ਕਰਦੀ ਹੋ, ਅਤੇ ਉਹ ਜਿਹੜਾ ਫਲ ਆਪਣੇ ਹੱਥ ਵਿੱਚ ਫੜਿਆ ਸੀ ਬਾਬਾ ਰਾਮ ਰਾਏ ਜੀਆਂ ਨੇ, ਉਹ ਬਾਦਸ਼ਾਹ ਔਰੰਗਜ਼ੇਬ ਨੂੰ ਉਸ ਵੇਲੇ ਫੜਾ ਦਿੱਤਾ ਹੈ। ਅਦਭੁਤ ਹਰ ਖਰੀਦਾ ਭਰ ਗਏ ਹੋ, ਕਹਿਣ ਲੱਗੇ ਵੀ ਬਾਦਸ਼ਾਹ ਬਹੁਤਾ ਹੀ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਵੀ ਆਹ ਫਲ ਮੇਰੇ ਵੀਰਾਂ ਨੇ ਵਜ਼ੀਰਾਂ ਨੇ ਜਾਂ ਕਾਜ਼ੀਆਂ ਨੇ ਕਿੱਥੋਂ ਮੈਨੂੰ ਲਿਆ ਕੇ ਦੇਣੇ ਸਨ, ਇਹਨਾਂ ਦੀ ਕਿੱਥੇ ਸੀ ਇੰਨੀ ਪਹੁੰਚ ਵੀ ਇਸ ਤਰ੍ਹਾਂ ਕਰ ਲੈਂਦੇ, ਇਹ ਤਾਂ ਬਾਬਾ ਰਾਮ ਰਾਏ ਦੀ ਕਿਰਪਾ ਹੋਈ ਹੈ ਵੀ ਜੋ ਮੈਨੂੰ ਐਸਾ ਫਲ ਇਹਨਾਂ ਨੇ ਦਿੱਤਾ ਹੈ। ਹੇਰ ਹੇਰ ਹੈਰਾਨ ਮਹਾਨ, ਕਹਿਣ ਲੱਗੇ ਵੀ ਵੇਖ ਵੇਖ ਕੇ ਸਾਰੇ ਹੈਰਾਨ, ਹੁਣ ਕਚਹਿਰੀ ਵਿੱਚ ਬੜੇ ਬੜੇ ਵਜ਼ੀਰ ਬੈਠੇ ਨੇ, ਮੁਲਾਣੇ ਬੈਠੇ, ਕਾਜ਼ੀ ਬੈਠੇ, ਸਾਰੇ ਵੇਖ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੁੰਦੇ ਹਨ। ਸਭਨ ਹਰੀ ਬੁੱਧ ਜਾਏ ਨਾ ਜਾਣੀ, ਸਾਰਿਆਂ ਦੀ ਮੰਨ ਲਓ ਵੀ ਬੁੱਧੀ ਜਿਹੜੀ ਹੈ ਨਾ ਹਾਰੀ ਲਈ, ਖੇਚੀ ਲਈ ਬਾਬਾ ਰਾਮ ਰਾਏ ਨੇ, ਜਾਣਿਆ ਹੀ ਨਹੀਂ ਜਾਂਦਾ ਵੀ ਹੋਇਆ ਅਤੇ ਹੋਇਆ ਕੀ ਹੈ। ਕਈ ਵਾਰ ਆਪਾਂ ਕਹਿ ਦਿੰਦੇ ਮੇਰੀ ਮੱਤ ਚਕਰਾ ਗਈ ਹੈ, ਮੈਨੂੰ ਪਤਾ ਹੀ ਨਹੀਂ ਲੱਗਾ ਵੀ ਹੋਇਆ ਕੀ ਹੈ। ਉਹ ਜਿੰਨੇ ਬੈਠੇ ਸਨ ਕਚਹਿਰੀ ਵਿੱਚ ਉਹ ਕਹਿਣ ਲੱਗੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਇਹ ਸਵਰਗਾਂ ਦਾ ਫਲ ਇਸ ਤਰ੍ਹਾਂ ਹੱਥ ਨਾਲ ਹੀ ਟੁੱਟ ਕੇ ਆ ਜਾਂਦਾ, ਇਸ ਤਰ੍ਹਾਂ ਹੀ ਲੈ ਆਉਂਦਾ। ਸਾਰੇ ਕਚਹਿਰੀ ਵਾਲੇ ਹੈਰਾਨ ਹਨ। ਦੁਸ਼ਟਨ ਦਾ ਹੋ ਸ਼ਾਹ ਸੁਖ ਪਾਵੇ, ਜਿਹੜੇ ਦੁਸ਼ਟ ਸਨ, ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਕੁਝ ਚੰਗੇ ਵੀ ਨੇ, ਕੁਝ ਮਾੜੇ ਵੀ ਨੇ। ਹੁਣ ਬਾਦਸ਼ਾਹ ਦੀ ਕਚਹਿਰੀ ਵਿੱਚ ਕੁਝ ਹੈਗੇ ਨੇ ਈਰਖਾ ਕਰਨ ਵਾਲੇ ਲੋਕ, ਉਹਨਾਂ ਨੂੰ ਤਾਂ ਸੱਤੀ ਕੱਪੜੀ ਅੱਗ ਲੱਗ ਗਈ ਵੀ ਇਹ ਬਾਬਾ ਰਾਮ ਰਾਏ ਨੇ ਫਲ ਮੰਗਾ ਕਿਉਂ ਦਿੱਤਾ ਹੈ, ਇਹਦੀ ਤਾਂ ਹੋਰ ਸ਼ੋਭਾ ਵੱਧ ਜਾਣੀ ਹੈ, ਨਹੀਂ ਸੀ ਹੋਣੀ ਚਾਹੀਦੀ। ਜਿਹੜੇ ਈਰਖਾਲੂ ਸਨ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਦੁੱਖ ਹੋਇਆ, ਜਿਹੜੇ ਗੁਰੂ ਘਰ ਦੇ ਪ੍ਰੇਮੀ ਸਨ ਉਹਨਾਂ ਨੂੰ ਬੜੀ ਜ਼ਿਆਦਾ ਖੁਸ਼ੀ ਹੋਈ ਵੀ ਚਲੋ ਬਾਬਾ ਰਾਮ ਰਾਏ ਨੇ ਬੜਾ ਵੱਡਾ ਕੰਮ ਕੀਤਾ ਹੈ। ਅਪਰ ਹੇਤੂ ਸਿੱਖ ਗਨ ਹਰ ਖਾਵੇ, ਹੋਰ ਜਿਹੜੇ ਹੇਤੂ ਪ੍ਰੇਮੀ ਸਨ ਨਾ ਗੁਰਮੁਖ, ਅਤੇ ਕਹਿਣ ਲੱਗੇ ਵੀ ਉਹ ਸਾਰੇ ਬਹੁਤ ਜ਼ਿਆਦਾ ਖੁਸ਼ ਹੋਏ ਹਨ। ਸਵਾਦ ਵਿਸ਼ਾਲ ਸ਼ਾਹੂ ਮੁਖ ਪਾਇਆ, ਕਹਿਣ ਲੱਗੇ ਵੀ ਜਦੋਂ ਬਾਦਸ਼ਾਹ ਨੇ ਉਹ ਫਲ ਸਾਫ ਕਰਕੇ ਤੋੜ ਕੇ ਜਦੋਂ ਆਪਣੇ ਮੂੰਹ ਦੇ ਵਿੱਚ ਖਾਣ ਵਾਸਤੇ ਪਾਇਆ ਹੈ, ਜੋ ਕਛ ਆਨੰਦ ਨਾ ਜਾਏ ਬਤਾਇਓ, ਜਿਹੜਾ ਆਨੰਦ ਬਾਦਸ਼ਾਹ ਨੂੰ ਆਇਆ ਕਹਿਣ ਲੱਗੇ ਵੀ ਉਹ ਕਿਹਾ ਹੀ ਨਹੀਂ ਜਾਂਦਾ, ਬਾਦਸ਼ਾਹ ਬੋਲ ਕੇ ਦੱਸ ਨਹੀਂ ਸਕਦਾ। ਜਿਵੇਂ ਮਹਾਰਾਜ ਦੀ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਜਿਵੇਂ ਕੋਈ ਗੂੰਗਾ ਬੰਦਾ ਗੁੜ ਖਾ ਲਵੇ, ਮਠਿਆਈ ਖਾ ਲਵੇ, ਅਤੇ ਬਾਅਦ ਵਿੱਚ ਆਪਾਂ ਪੁੱਛੀਏ ਵੀ ਦੱਸ ਵੀ ਕਿੰਨਾ ਕੁ ਸਵਾਦ ਆਇਆ, ਉਹ ਹੱਥ ਪੈਰ 'ਤੇ ਮਾਰ ਸਕਦਾ ਪਰ ਉਹ ਮੂੰਹੋਂ ਬੋਲ ਕੇ ਨਹੀਂ ਦੱਸ ਸਕਦਾ ਵੀ ਕਿੰਨਾ ਇਹ ਸਵਾਦ ਹੈ। ਕਹਿਣ ਲੱਗੇ ਇਸੇ ਤਰ੍ਹਾਂ ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈ ਉਹ ਫਲ ਖਾ ਕੇ ਉਹਦੇ ਕੋਲ ਸ਼ਬਦ ਹੀ ਨਹੀਂ ਹੈਗੇ ਵੀ ਮੈਂ ਕਿਹੜੇ ਸ਼ਬਦਾਂ ਨਾਲ ਕਹਾਂ ਵੀ ਇਸ ਫਲ ਦਾ ਇੰਨਾ ਸਵਾਦ ਹੈ। ਅਧਿਕ ਪ੍ਰੇਮ ਗੁਰਸੁੱਤ ਸੋ ਠਾਨ, ਅਤੇ ਕਹਿਣ ਲੱਗੇ ਵੀ ਹੁਣ ਬਾਦਸ਼ਾਹ ਬਹੁਤ ਜ਼ਿਆਦਾ ਪ੍ਰੇਮ ਅੱਗੇ ਨਾਲੋਂ ਵੀ ਜ਼ਿਆਦਾ ਬਾਬਾ ਰਾਮ ਰਾਏ ਦੇ ਨਾਲ ਕਰਦਾ ਹੈ। ਅੰਤਰਗਤ ਕੀ ਬਾਤ ਬਖਾਨਾ, ਕਿਉਂਕਿ ਬਾਬਾ ਰਾਮ ਰਾਏ ਜੀ ਮਨ ਦੀਆਂ ਗੱਲਾਂ ਦੱਸਦੇ ਪਏ, ਬਾਦਸ਼ਾਹ ਦੇ ਮਨ ਵਿੱਚ ਜੋ ਹੁੰਦਾ ਉਹ ਵੀ ਦੱਸ ਦਿੰਦੇ ਹਨ। ਜਹਾਂ ਜਾਏ ਤਹਿ ਰੱਖੇ ਸੰਗ, ਹੁਣ ਬਾਦਸ਼ਾਹ ਜਿੱਥੇ ਵੀ ਜਾਂਦਾ ਹੈ, ਬਾਦਸ਼ਾਹ ਨੇ ਇੰਨਾ ਪ੍ਰੇਮ ਪਾ ਲਿਆ ਰਾਮ ਰਾਏ ਦੇ ਨਾਲ, ਜੇ ਸੈਰ ਕਰਨ ਜਾਣਾ ਤਾਂ ਨਾਲ ਹੀ ਰਾਮ ਰਾਏ ਨੂੰ ਲੈ ਕੇ ਜਾਣਾ, ਜੇ ਜੰਗਲ ਵਿੱਚ ਸ਼ਿਕਾਰ ਖੇਡਣ ਜਾਣਾ ਤਾਂ ਵੀ ਬਾਬਾ ਰਾਮ ਰਾਏ ਨੂੰ ਨਾਲ ਲੈ ਕੇ ਜਾਣਾ, ਜਿੱਥੇ ਵੀ ਜਾਂਦਾ ਔਰੰਗਜ਼ੇਬ ਨਾਲ ਲੈ ਕੇ ਜਾਂਦਾ ਹੈ। ਸਨਮਾਨ ਭਿਖਰ ਕੇ ਅੰਗ, ਤੇ ਬਾਬਾ ਰਾਮ ਰਾਏ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ। ਦਰਬ ਬਰਿੰਦ 10-3 ਹਜ਼ਾਰ, ਕਹਿਣ ਲੱਗੇ ਵੀ ਇਹ 13,000 ਰੁਪਇਆ ਜਿਹੜਾ ਹੈ ਨਾ ਬਾਦਸ਼ਾਹ ਔਰੰਗਜ਼ੇਬ ਉਹਦੇ ਮਨ ਵਿੱਚ ਹੁਣ ਇਹ ਹੈ ਵੀ ਰਾਮ ਰਾਏ ਨੂੰ ਮੈਂ ਵਾਪਸ ਨਹੀਂ ਜਾਣ ਦੇਣਾ, ਮੈਂ ਇੱਥੇ ਇਹਨੂੰ ਇੰਨੀ ਮਾਇਆ ਦੇਵਾਂ, ਇੰਨਾ ਧਨ ਦੇਵਾਂ ਵੀ ਇਹ ਧਨ ਕਰਕੇ ਮਾਇਆ ਕਰਕੇ ਮੇਰੇ ਕੋਲੋਂ ਰੁਕਿਆ ਰਹੇ। ਅਤੇ ਕਹਿਣ ਲੱਗੇ ਵੀ ਉਹਨਾਂ ਸਮਿਆਂ ਦੇ ਵਿੱਚ 13,000 ਰੁਪਇਆ ਜਿਹੜਾ ਬਾਦਸ਼ਾਹ ਹੈ ਨਾ ਔਰੰਗਜ਼ੇਬ, ਕਹਿਣ ਲੱਗੇ ਉਹ ਦੇਤ ਰੋਜ਼ ਕੋ ਕਰ ਕਰ ਪਿਆਰ, ਇਹ ਰੋਜ਼ ਦਿੰਦਾ 13,000 ਰੁਪਇਆ ਰੋਜ਼ ਬਾਦਸ਼ਾਹ ਦੇ ਖਜ਼ਾਨੇ ਵਿੱਚੋਂ ਬਾਬਾ ਰਾਮ ਰਾਏ ਦੇ ਡੇਰੇ ਪਹੁੰਚਦਾ। ਹੁਣ 13,000 ਰੋਜ਼ ਦਾ ਜਿਹੜਾ ਧਨ ਹੈ ਉਹ ਬਾਬਾ ਰਾਮ ਰਾਏ ਨੂੰ ਬਾਦਸ਼ਾਹ ਦੇ ਵੱਲੋਂ ਦਿੱਤਾ ਜਾਂਦਾ ਹੈ। ਅਤੇ ਕਹਿਣ ਲੱਗੇ ਤਕਰੀਬਨ 4,00,000 ਰੁਪਇਆ ਉਹਨਾਂ ਸਮਿਆਂ ਦੇ ਵਿੱਚ ਮਹੀਨੇ ਦਾ
ਇਹ ਬਣ ਜਾਏਗਾ ਜਿੰਨਾ ਧਨ ਇਹ ਬਾਦਸ਼ਾਹ ਜਿਹੜਾ ਹੈ ਬਾਬਾ ਰਾਮ ਰਾਏ ਨੂੰ ਦਿੰਦਾ ਹੈ। ਗੁਰਸੁੱਤ ਨਿਕਟ ਨਰਨ ਕੀ ਭੀੜ, ਬਾਬਾ ਰਾਮ ਰਾਏ ਦੇ ਕੋਲ ਤੇ ਭੀੜ ਹੀ ਲੱਗੀ ਰਹਿੰਦੀ, ਮੇਲਾ ਹੀ ਲੱਗਾ ਰਹਿੰਦਾ, ਪਤਾ ਨਹੀਂ ਕਿੰਨੀਆਂ ਕੁ ਸੰਗਤਾਂ ਆਉਂਦੀਆਂ ਬੈਠਦੀਆਂ ਦਰਸ਼ਨ ਕਰਦੀਆਂ ਤੇ ਕਈ ਕੁਝ ਬਾਬਾ ਰਾਮ ਰਾਏ ਤੋਂ ਮੰਗਦੀਆਂ ਹਨ। ਰਹਿਤ ਅਧਿਕ ਨਿਤ ਸੈਨ ਸੁਧੀਰ, ਬਾਬਾ ਰਾਮ ਰਾਏ ਦੇ ਕੋਲ ਕੁਝ ਫੌਜ ਵੀ ਹੈ ਤੇ ਆਪਣੇ ਆਰਾਮ ਨਾਲ ਬੈਠੇ ਰਹਿੰਦੇ ਹਨ। ਜਿਸ ਪ੍ਰਕਾਰ ਸੂਬੇ ਉਮਰਾ, ਕਹਿੰਦੇ ਵੀ ਜਿਸ ਤਰ੍ਹਾਂ ਬਾਦਸ਼ਾਹ ਦੇ ਖਾਸ ਵਜ਼ੀਰ ਹੁੰਦੇ ਨੇ ਨਾ, ਜਿਵੇਂ ਮੰਨ ਲਓ ਵੀ ਰੱਖਿਆ ਮੰਤਰੀ ਹੈ ਜਾਂ ਗ੍ਰਹਿ ਮੰਤਰੀ ਹੈ ਜਾਂ ਕੋਈ ਸੈਨਾਪਤੀ ਹੈ, ਜਿਵੇਂ ਉਹਨਾਂ ਦੇ ਨਾਲ ਫੌਜਾਂ ਹੁੰਦੀਆਂ ਨੇ ਜਾਂ ਜਿਵੇਂ ਉਹਨਾਂ ਦੇ ਠਾਠ ਬਾਠ ਹੁੰਦੇ ਨੇ, ਬਿਲਕੁਲ ਉਸੇ ਤਰ੍ਹਾਂ ਹੀ ਬਾਬਾ ਰਾਮ ਰਾਏ ਦੇ ਵੀ ਠਾਠ ਬਾਠ ਪੂਰੇ ਨੇ, ਮੰਤਰੀਆਂ ਦੇ ਵਾਂਗ ਵੱਡੇ ਕਿਸੇ ਅਮੀਰ ਆਦਮੀ ਦੇ ਵਾਂਗ ਰਹਿੰਦੇ ਹਨ। ਤਿਸ ਵਿਦ ਰਹਿਣ ਵਿਸਾਲ ਪ੍ਰਭਾਵ, ਤੇ ਪ੍ਰਭਾਵ ਪਹਿਲਾਂ ਹੀ ਬੜਾ ਗੋਰਾ ਚਿੱਟਾ ਰੰਗ ਹੈ, ਉੱਚਾ ਲੰਮਾ ਕੱਦ ਹੈ, ਬੜੇ ਸੋਹਣੇ ਸੁਨੱਖੇ ਨੇ। ਇੱਧਰੋਂ ਹੁਣ ਨਾਲ ਨਾਲ ਫੌਜ ਦੇ ਦਿੱਤੀ ਹੈ ਬਾਦਸ਼ਾਹ ਨੇ, ਬੇਅੰਤ ਮਾਇਆ ਆ ਰਹੀ ਹੈ ਅਤੇ ਬਹੁਤ ਸੰਗਤਾਂ ਸਨਮਾਨ ਕਰਦੀਆਂ। ਬਾਬਾ ਰਾਮ ਰਾਏ ਜੀ ਬੜੇ ਇਸ ਤਰ੍ਹਾਂ ਆਨੰਦ ਦੇ ਨਾਲ ਦਿੱਲੀ ਵਿੱਚ ਰਹਿੰਦੇ ਹਨ। ਸਦਾ ਕਚਹਿਰੀ ਹੋਏ ਪ੍ਰਵੇਸ਼, ਅਤੇ ਬਾਦਸ਼ਾਹ ਨੇ ਕਿਹਾ ਵੀ ਬਾਬਾ ਰਾਮ ਰਾਏ ਜੀ ਤੁਸੀਂ ਰੋਜ਼ ਕਚਹਿਰੀ ਵਿੱਚ ਆਉਣਾ ਹੀ ਆਉਣਾ ਹੈ, ਭਾਵੇਂ ਮੈਂ ਤੁਹਾਨੂੰ ਬੁਲਾਵਾਂ ਅਤੇ ਭਾਵੇਂ ਨਾ ਬੁਲਾਵਾਂ, ਤੁਸੀਂ ਜ਼ਰੂਰ ਆਉਣਾ ਹੈ, ਇਹ ਮੇਰੀ ਬੇਨਤੀ ਤੁਸੀਂ ਪ੍ਰਵਾਨ ਕਰੋ। ਉੱਚੇ ਬੈਠੇ ਬੀਚ ਵਿਸ਼ੇਸ਼, ਜਦੋਂ ਬਾਬਾ ਰਾਮ ਰਾਏ ਜੀ ਆਉਂਦੇ, ਬਾਦਸ਼ਾਹ ਨੇ ਆਪਣੇ ਨਾਲੋਂ ਵੀ ਉੱਚੀ ਗੱਦੀ ਇੱਕ ਲਵਾਈ ਵੀ ਬਾਬਾ ਰਾਮ ਰਾਏ ਜੀ ਇੱਥੇ ਬੈਠਣਗੇ ਕਿਉਂਕਿ ਇਹ ਮੇਰੇ ਮਨ ਦੀਆਂ ਗੱਲਾਂ ਪੂਰੀਆਂ ਕਰਦੇ ਹਨ। ਬੋਲਣ ਮਿਲਣ ਸ਼ਾਹੂ ਬਹੁ ਕਰੇ, ਅਤੇ ਕਹਿਣ ਲੱਗੇ ਵੀ ਬਾਦਸ਼ਾਹ ਹਰ ਰੋਜ਼ ਬਾਬਾ ਰਾਮ ਰਾਏ ਨੂੰ ਵੱਖਰਾ ਸਮਾਂ ਦੇ ਕੇ ਗੱਲਾਂ ਬਾਤਾਂ ਇੱਕ ਦੂਜੇ ਨਾਲ ਕਰਦੇ ਹਨ। ਪ੍ਰੇਮ ਵਢਾਏ ਦੀਨ ਕੋ ਧਰੈ, ਅਤੇ ਕਹਿਣ ਲੱਗੇ ਵੀ ਬਹੁਤ ਜ਼ਿਆਦਾ ਪ੍ਰੇਮ ਬਾਦਸ਼ਾਹ ਜਿਹੜਾ ਹੈ ਉਹ ਵਧਾਉਂਦਾ ਹੈ ਅਤੇ ਬਹੁਤ ਜ਼ਿਆਦਾ ਮਾਇਆ ਜਿਹੜੀ ਹੈ ਨਾ ਉਹ ਬਾਬਾ ਰਾਮ ਰਾਏ ਨੂੰ ਦਿੱਤੀ ਜਾ ਰਹੀ ਹੈ। ਇੱਕ ਦਿਨ ਸ਼ਾਹੋ ਕਹਿਓ ਸਤ ਭਾਏ, ਕਹਿਣ ਲੱਗੇ ਵੀ ਇੱਕ ਦਿਨ ਬਾਦਸ਼ਾਹ ਨੇ ਨਾ, ਜਦੋਂ ਕਈ ਦਿਨ ਲੰਘ ਹੈ ਇਹ ਸਵਰਗਾਂ ਦਾ ਫਲ ਖਾਣ ਤੋਂ ਮਗਰੋਂ, ਬਾਦਸ਼ਾਹ ਦੇ ਮਨ ਵਿੱਚ ਇੱਕ ਨਵੀਂ ਵਿਚਾਰ ਆ ਗਈ। ਕਹਿੰਦੇ ਇੱਕ ਦਿਨ ਬਾਬਾ ਰਾਮ ਰਾਏ ਜੀ ਜਦੋਂ ਕਚਹਿਰੀ ਵਿੱਚ ਗਏ ਅਤੇ ਉਸ ਵੇਲੇ ਬਾਦਸ਼ਾਹ ਕਹਿਣ ਲੱਗਾ ਹੈ, ਤੁਮਨੇ ਤਰੁਣਾਈ ਅਬ ਪਾਏ, ਕਹਿਣ ਲੱਗੇ ਵੀ ਬਾਬਾ ਰਾਮ ਰਾਏ ਜੀ ਵੀ ਤੁਸੀਂ ਇਸ ਵੇਲੇ ਜਵਾਨੀ ਵਿੱਚ ਹੋ। ਬਾਬਾ ਰਾਮ ਰਾਏ ਜੀ ਉਸ ਵੇਲੇ ਜਵਾਨ ਸਨ, ਗੱਭਰੂ ਸਨ। ਬਾਦਸ਼ਾਹ ਦਾ ਸਵਾਲ ਹੈ, ਕਹਿਣ ਲੱਗਾ ਵੀ ਤੁਸੀਂ ਇਸ ਵੇਲੇ ਜਵਾਨੀ ਦੇ ਵਿੱਚ ਹੋ, ਜਵਾਨੀ ਦੀ ਉਮਰਾਂ ਮਾਣਦੇ ਪਏ ਹੋ, ਮੁਝਕੋ ਜਰਾ ਗ੍ਰਾਸ ਕਰ ਲੈਂਦੇ ਹੋ, ਅਤੇ ਮੈਨੂੰ ਤਾਂ ਬੁਢੇਪੇ ਨੇ ਗ੍ਰਾਸ ਲਿਆ, ਮੈਂ ਤਾਂ ਹੁਣ ਬੁੱਢਾ ਹੋ ਚੱਲਿਆ, ਮੇਰੀ ਉਮਰ ਤਾਂ ਹੁਣ ਜਵਾਨੀ ਤੋਂ ਅੱਗੇ ਲੰਘ ਗਈ ਹੈ, ਤੁਸੀਂ ਜਵਾਨ ਹੋ ਅਤੇ ਮੈਂ ਇਸ ਵੇਲੇ ਹੁਣ ਥੋੜ੍ਹਾ ਜਿਹਾ ਤੁਹਾਡੇ ਤੋਂ ਅੱਗੇ ਲੰਘ ਗਿਆ ਹਾਂ, ਵੀ ਜਵਾਨੀ ਢਲਣ ਲੱਗ ਪਈ ਹੈ ਅਤੇ ਬੁਢੇਪਾ ਜਿਹੜਾ ਉਹ ਸ਼ੁਰੂ ਹੋ ਗਿਆ ਹੈ। ਸੇਤ ਸ਼ਮਸ਼ ਅਰ ਸਿਰ ਕਰਦੀ ਨੇ, ਮੇਰੇ ਸਿਰ ਦੇ ਵਾਲ ਵੀ ਚਿੱਟੇ ਹੋ ਗਏ ਨੇ ਅਤੇ ਮੇਰੇ ਦਾੜੀ ਦੇ ਵਾਲ ਵੀ ਜਿਹੜੇ ਨੇ ਉਹ ਵੀ ਚਿੱਟੇ ਹੋ ਗਏ ਨੇ, ਨਿਸ਼ਾਨੀ ਹੈ ਨਾ ਵੀ ਇਹ ਹੁਣ ਜਵਾਨੀ ਢਲ ਗਈ ਹੈ ਅਤੇ ਹੁਣ ਬਜ਼ੁਰਗੀ ਵੱਲ ਜਾ ਰਿਹਾ ਹੈ। ਬਾਦਸ਼ਾਹ ਕਹਿਣ ਲੱਗਾ ਵੀ ਮੇਰੇ ਸਿਰ ਦੇ ਅਤੇ ਦਾੜੀ ਦੇ ਵਾਲ ਜਿਹੜੇ ਨੇ ਹੁਣ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ। ਉਜਲ ਵਾਰ ਰੂਪ ਕੀ ਹਾਨ, ਇਹ ਜਿਹੜੇ ਚਿੱਟੇ ਵਾਲ ਨੇ ਨਾ ਇਹ ਰੂਪ ਨੂੰ ਹਾਨ ਕਰ ਦਿੰਦੇ, ਵੀ ਬੰਦੇ ਦੀ ਉਹ ਜਿਹੜੀ ਸ਼ੋਭਾ ਹੈ ਨਾ ਜਵਾਨੀ ਵਾਲੀ ਉਹ ਨਹੀਂ ਰਹਿ ਜਾਂਦੀ। ਇਹ ਬਾਦਸ਼ਾਹ ਔਰੰਗਜ਼ੇਬ ਕਹਿ ਰਿਹਾ, ਗੁਰਮੁਖ ਤੇ ਕਹਿੰਦੇ ਨੇ ਵੀ ਕੇਸ ਚਿੱਟਾ ਹੋ ਗਿਆ ਤਾਂ ਉਹਨੂੰ ਹੀਰਾ ਕਿਹਾ ਜਾਂਦਾ, ਵੀ ਹੀਰੇ ਆ ਗਏ ਨੇ, ਵੀ ਇਹਦੀ ਕੀਮਤ ਵੱਧ ਗਈ ਅੱਗੇ ਨਾਲੋਂ। ਪਰ ਇਹ ਬਾਦਸ਼ਾਹ ਮੁਸਲਮਾਨ ਹੈ, ਸਲਾਮੀ ਹੈ, ਇਹਦੀ ਵਿਚਾਰ ਆਪਣੀ ਹੈ। ਬਾਦਸ਼ਾਹ ਔਰੰਗਜ਼ੇਬ ਕਹਿੰਦਾ ਵੀ ਜਿੰਨੀ ਮੇਰੀ ਟੌਹਰ ਜਾਂ ਜਿੰਨਾ ਮੇਰਾ ਪ੍ਰਭਾਵ ਜਵਾਨੀ ਦੇ ਵਿੱਚ ਸੀ ਨਾ, ਦਾੜਾ ਮੇਰਾ ਵੀ ਕਾਲਾ ਸੀ ਉਸ ਵੇਲੇ, ਅਤੇ ਜਿੰਨਾ ਮੇਰਾ ਜਲਾਲ ਸੀ ਮੁੱਖ 'ਤੇ ਉਨਾ ਹੁਣ ਨਹੀਂ ਰਹਿ ਗਿਆ, ਚਿੱਟੇ ਵਾਲ ਹੋਣ ਕਰਕੇ ਹੁਣ ਮੈਂ ਬੁੱਢਾ ਜਿਹਾ ਲੱਗਣ ਲੱਗ ਪਿਆ, ਅਤੇ ਕੋਈ ਬਹੁਤਾ ਮੈਨੂੰ ਆਪਣੇ ਆਪ ਨੂੰ ਵੀ ਵੇਖਣਾ ਹੁਣ ਚੰਗਾ ਜਿਹਾ ਨਹੀਂ ਲੱਗਦਾ, ਵੀ ਉਹ ਪਹਿਲਾਂ ਵਾਲੀ ਮੇਰੀ ਪ੍ਰਭਾ ਨਹੀਂ ਰਹਿ ਗਈ ਹੈ, ਟੌਹਰ ਪਹਿਲਾਂ ਵਾਲੀ ਨਹੀਂ ਰਹਿ ਗਈ, ਐਸੀ ਮੇਰੀ ਹਾਲਤ ਬਣੀ ਹੈ। ਕਰਤ ਅਸੁੰਦਰ ਮਨ ਦੁੱਖਦਾਨ, ਅਤੇ ਕਹਿਣ ਲੱਗੇ ਵੀ ਇਹ ਜਿਹੜੇ ਚਿੱਟੇ ਵਾਲ ਨੇ ਨਾ, ਔਰੰਗਜ਼ੇਬ ਕਹਿੰਦਾ ਵੀ ਮੈਨੂੰ ਬੜਾ ਦੁੱਖ ਦਿੰਦੇ ਨੇ ਜਦੋਂ ਮੈਂ ਸ਼ੀਸ਼ੇ ਦੇ ਵਿੱਚ ਵੇਖਦਾ ਨਾ ਆਪਣੇ ਆਪ ਨੂੰ, ਅਤੇ ਚਿੱਟੇ ਵਾਲ ਵੇਖ ਕੇ ਸਿਰ ਦੇ ਔਰ ਦਾੜੀ ਦੇ, ਅਤੇ ਮੇਰਾ ਮਨ ਦੁਖੀ ਜਿਹਾ ਹੋ ਜਾਂਦਾ ਵੀ ਮੈਂ ਬੁੱਢਾ ਹੋ ਗਿਆ, ਹਲੇ ਨਹੀਂ ਸੀ ਬੁੱਢਾ ਹੋਣਾ, ਕਿਉਂਕਿ ਬੁੱਢਾ ਹੋਣ ਨੂੰ ਤਾਂ ਕਿਸੇ ਦਾ ਵੀ ਜੀ ਨਹੀਂ ਕਰਦਾ, ਪਰ ਇਹ ਤਾਂ ਪਰਮਾਤਮਾ ਦੀ ਮੌਜ ਹੀ ਹੈ, ਉਹਨੂੰ ਟਾਲਿਆ ਨਹੀਂ ਜਾ ਸਕਦਾ, ਮੋੜਿਆ ਨਹੀਂ ਜਾ ਸਕਦਾ। ਜੇ ਬਚਪਨ ਤੋਂ ਬਾਅਦ ਜਵਾਨੀ ਆਈ ਹੈ ਤਾਂ ਜਵਾਨੀ ਤੋਂ ਬਾਅਦ ਵਿੱਚ ਬੁਢੇਪਾ ਵੀ ਤਾਂ ਆਉਣਾ ਹੀ ਹੈ। ਬਾਦਸ਼ਾਹ ਔਰੰਗਜ਼ੇਬ ਕਹਿੰਦਾ ਵੀ ਮੇਰਾ ਵੱਸ ਨਹੀਂ ਚੱਲਦਾ ਵੀ ਮੈਂ ਬੁੱਢਾ ਨਾ ਹੋਵਾਂ, ਪਰ ਜਦੋਂ ਮੈਂ ਸ਼ੀਸ਼ੇ ਦੇ ਸਾਹਮਣੇ ਖੜ੍ਹਦਾ ਆਪਣੇ ਵਾਲ ਵੇਖਦਾ, ਮੇਰਾ ਮਨ ਉਦੋਂ ਦੁਖੀ ਹੋ ਜਾਂਦਾ ਹੈ। ਅਤੇ ਫਿਰ ਇਸ ਤਰ੍ਹਾਂ ਆਪਣੋ ਬਾਕ ਕਹੋ ਇਸ ਬੇਰ, ਅਤੇ ਬਾਬਾ ਰਾਮ ਰਾਏ ਜੀ ਕਿਰਪਾ ਕਰੋ ਵੀ ਇੱਕ ਵਚਨ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਹੈ, ਤੁਹਾਡੇ ਕੋਲੋਂ ਬਹੁਤ ਕੁਝ ਮੈਂ ਮੰਗਿਆ, ਮੈਂ ਅੱਜ ਤੁਹਾਡੇ ਕੋਲੋਂ ਇੱਕ ਚੀਜ਼ ਹੋਰ ਮੰਗਦਾ ਪਿਆ, ਉਹ ਕੀ ਹੈ ਕਿ ਤੁਸੀਂ ਇੱਕ ਵਚਨ ਕਰੋ ਮੇਰੇ ਨਾਲ, ਅਤੇ ਉਸ ਵਚਨ ਦੇ ਨਾਲ ਕੇਤਕ ਦਿਨ ਹੋਏ ਸਿਆਮਲ ਫੇਰ, ਇਹ ਮੇਰੇ ਵਾਲ ਨੇ ਨਾ ਜਿਹੜੇ ਸਿਰ ਦੇ ਅਤੇ ਜਾਂ ਜਿਹੜੇ ਦਾੜੀ ਦੇ ਇਹ ਕਾਲੇ ਕਰ ਦਿਓ, ਤੁਹਾਡੇ ਵਚਨਾਂ ਦੇ ਨਾਲ ਤਾਂ ਜੇ ਸਵਰਗਾਂ ਦੇ ਫਲ ਆ ਸਕਦੇ ਨੇ, ਦੁਨੀਆਂ ਦੀਆਂ ਵਸਤੂਆਂ ਆ ਸਕਦੀਆਂ, ਅਤੇ ਤੁਹਾਡੇ ਵਚਨਾਂ ਦੇ ਨਾਲ ਵਾਲ ਵੀ ਤਾਂ ਕਾਲੇ ਹੋ ਸਕਦੇ ਹਨ ਨਾ, ਮੈਂ ਚਾਹੁੰਦਾ ਵੀ ਇੱਕ ਵਾਰੀ ਮੇਰੇ ਸਿਰ ਦੇ ਵਾਲ ਵੀ ਕਾਲੇ ਹੋਣ, ਦਾੜੀ ਦੇ ਵੀ ਕਾਲੇ ਹੋ ਜਾਣ,
ਮੈਂ ਆਪਣੇ ਆਪ ਨੂੰ ਦੁਬਾਰਾ ਫਿਰ ਜਵਾਨ ਵੇਖਣਾ ਚਾਹੁੰਦਾ ਹਾਂ, ਅਤੇ ਇਹ ਮੈਂ ਸਦਾ ਵਾਸਤੇ ਨਹੀਂ ਮੰਗਦਾ, ਵੀ ਚਲੋ ਕੁਝ ਦਿਨਾਂ ਵਾਸਤੇ ਉਹ ਜਵਾਨੀ ਦੀ ਰੌਣਕ ਜਿਹੜੀ ਹੈ ਨਾ ਦੁਬਾਰਾ ਆਉਣੀ ਚਾਹੀਦੀ ਹੈ, ਅਤੇ ਕਿਰਪਾ ਕਰੋ ਬਚਨ ਕਰੋ ਵੀ ਮੇਰੇ ਵਾਲ ਜਿਹੜੇ ਕਾਲੇ ਹੋ ਜਾਣ। ਸੁਣ ਸ਼੍ਰੀ ਰਾਮ ਰਾਏ ਨੇ ਕਹੇ, ਉਸ ਵੇਲੇ ਬਾਬਾ ਰਾਮ ਰਾਏ ਜੀ ਸੁਣ ਕੇ ਹੱਸ ਪਏ, ਕਹਿਣ ਲੱਗੇ ਬਾਦਸ਼ਾਹ ਇਹ ਕੀ ਮੰਗਣ ਲੱਗ ਪਿਆ, ਤੂੰ ਤਾਂ ਅਸਲੋਂ ਹੀ ਨਿੱਕੀਆਂ ਚੀਜ਼ਾਂ 'ਤੇ ਉਤਰ ਆਇਆ ਵੀ ਹੁਣ ਵਾਲ ਕਾਲੇ ਹੋ ਜਾਣ, ਫਿਰ ਤੂੰ ਆਖਣਾ ਮੈਂ ਜਵਾਨ ਹੋ ਜਾਵਾਂ, ਫਿਰ ਤੂੰ ਆਖਣਾ ਮੈਨੂੰ ਇਹ ਮਿਲੇ ਮੈਨੂੰ ਉਹ ਮਿਲੇ, ਸੋ ਇਹ ਕਰਾਮਾਤਾਂ ਤਾਂ ਵੱਡੀਆਂ ਨੇ, ਪਰ ਇਹ ਤੂੰ ਕੀ ਸੋਚ ਲਿਆ ਆਪਣੇ ਮਨ ਦੇ ਵਿੱਚ। ਬਾਬਾ ਰਾਮ ਰਾਏ ਜੀ ਹੱਸ ਕੇ ਕਹਿਣ ਲੱਗੇ ਹਨ, ਰਹਿ ਬਰਕ ਇੱਕ ਜਿਮ ਤੁਮ ਚਾਹਿਓ, ਅਤੇ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਜੀ ਮੇਰੀ ਇੱਛਾ ਹੈ ਮਨ ਦੀ ਵੀ ਜੇ ਐਡਾ ਵੱਡਾ ਬਾਦਸ਼ਾਹ ਬਣ ਕੇ ਵੀ ਮੇਰੀ ਇੱਛਾ ਪੂਰੀ ਨਾ ਹੋਵੇ ਤਾਂ ਫਿਰ ਮੈਨੂੰ ਇਹ ਬਾਦਸ਼ਾਹੀ ਦਾ ਕੀ ਲਾਭ ਹੈ। ਜਿਵੇਂ ਅੱਜ ਕੁਝ ਲੋਕ ਆਪਣੇ ਵਾਲਾਂ ਨੂੰ ਕਾਲਾ ਕਰ ਲੈਂਦੇ ਜਵਾਨ ਲੱਗਣ ਵਾਸਤੇ, ਹੋ ਸਕਦਾ ਵੀ ਉਹਨਾਂ ਸਮਿਆਂ ਵਿੱਚ ਇਹ ਚੀਜ਼ਾਂ ਨਾ ਹੋਣ ਅਤੇ ਬਾਦਸ਼ਾਹ ਦੀ ਪਹੁੰਚ ਨਾ ਹੋਵੇ, ਅਤੇ ਉਹਨੂੰ ਲੱਗਦਾ ਵੀ ਮੈਂ ਹੁਣ ਤਾਂ ਕੁਝ ਕਰ ਨਹੀਂ ਸਕਦਾ, ਅਤੇ ਇਹ ਮੇਰੀ ਇੱਛਾ ਵੀ ਪੂਰੀ ਕਰੋ ਮੈਂ ਜਵਾਨ ਲੱਗਾਂ। ਅਤੇ ਸੁਣ ਕੇ ਬਾਬਾ ਰਾਮ ਰਾਏ ਜੀ ਹੱਸਦੇ ਹੱਸਦੇ ਕਹਿੰਦੇ ਠੀਕ ਹੈ ਬਾਦਸ਼ਾਹ, ਅਸੀਂ ਬਚਨ ਕਰਦੇ ਹਾਂ, ਜ਼ਿਆਦਾ ਸਮਾਂ ਤਾਂ ਨਹੀਂ ਪਰ ਇੱਕ ਸਾਲ ਤੇਰੇ ਵਾਲ ਜਿਹੜੇ ਨੇ ਕਾਲੇ ਰਹਿਣਗੇ, ਸਿਰ ਦੇ ਵੀ ਕਾਲੇ ਰਹਿਣਗੇ, ਦਾੜ੍ਹੀ ਦੇ ਵੀ ਕਾਲੇ ਰਹਿਣਗੇ, ਇੱਕ ਸਾਲ ਤੂੰ ਨਾ ਆਪਣੇ ਆਪ ਨੂੰ ਪਹਿਲਾਂ ਵਰਗਾ ਜਿਵੇਂ ਦਾ ਤੂੰ 20-22-25 ਸਾਲ ਦੀ ਉਮਰ ਦੇ ਵਿੱਚ ਸੀ ਉਸੇ ਤਰ੍ਹਾਂ ਦਾ ਆਪਣੇ ਆਪ ਨੂੰ ਵੇਖ ਲਵੇਂਗਾ। ਸਿਆਮਲ ਵਾਰ ਹੋਏ ਹੈ ਸਾਰੇ, ਅਤੇ ਤੇਰੇ ਸਾਰੇ ਵਾਲ ਕਾਲੇ ਹੋ ਜਾਣਗੇ, ਮੁੱਢ ਤੋਂ ਜੜ੍ਹਾਂ ਤੋਂ ਲੈ ਕੇ ਜਿੰਨੇ ਵੀ ਤੇਰੇ ਵਾਲ ਨੇ ਸਾਰੇ ਕਾਲੇ ਹੋ ਜਾਣੇ ਹਨ। ਤਰੁਣ ਪੁਰਖ ਕੇ ਜਿਸੂ ਪੁਰਕਾਰੇ, ਜਿਵੇਂ ਜਵਾਨ ਬੰਦੇ ਦੇ ਹੁੰਦੇ ਨੇ ਗੱਭਰੂ ਦੇ ਜਵਾਨੀ ਦੇ ਵਿੱਚ ਜਦੋਂ ਹੁੰਦੇ ਨੇ ਨਾ 20-22 ਸਾਲ ਦੀ ਉਮਰ ਵਿੱਚ ਕਾਲੇ ਵਾਲ, ਬਾਬਾ ਰਾਮ ਰਾਏ ਜੀ ਕਹਿੰਦੇ ਵੀ ਇਸੇ ਤਰ੍ਹਾਂ ਤੇਰੇ ਵੀ ਕਾਲੇ ਹੋ ਜਾਣਗੇ, ਅਤੇ ਇਹ ਬਚਨ ਬਾਬਾ ਰਾਮ ਰਾਏ ਨੇ ਕੀਤੇ ਹਨ। ਸਭਾ ਵਿਖੇ ਬੈਠੇ ਤਤਕਾਲ, ਕਹਿਣ ਲੱਗੇ ਵੀ ਜਿੰਨੇ ਸਭਾ ਦੇ ਵਿੱਚ ਬੈਠੇ ਸਨ ਨਾ ਕਚਹਿਰੀ ਦੇ ਵਿੱਚ, ਜਦੋਂ ਬਾਬਾ ਰਾਮ ਰਾਏ ਨੇ ਇਹ ਬਚਨ ਕੀਤਾ ਨਾ ਵੀ ਤੇਰੇ ਵਾਲ ਕਾਲੇ ਹੋ ਜਾਣਗੇ, ਅਤੇ ਕਹਿਣ ਲੱਗੇ ਫਿਰ ਸਭ ਕੋ ਦੇਖੇ ਸ਼ਾਮਲ ਬਾਲ, ਅਤੇ ਕਹਿਣ ਲੱਗੇ ਵੀ ਸਾਰਿਆਂ ਨੂੰ ਨਾ ਚਿੱਟਿਆਂ ਤੋਂ ਕਾਲੇ ਵਾਲ ਦਿਖਾਈ ਦੇਣ ਲੱਗ ਪਏ, ਉਹਨਾਂ ਸਾਰਿਆਂ ਨੇ ਟਿਕ ਟਿਕੀ ਲਾ ਲਈ ਬਾਦਸ਼ਾਹ ਦੇ ਵੱਲ ਵੀ ਬਾਬਾ ਰਾਮ ਰਾਏ ਜੋ ਕਹਿੰਦੇ ਨੇ ਝੱਟ ਹੀ ਕਰ ਦਿੰਦੇ ਨੇ। ਹੁਣ ਜੇ ਇਹਨਾਂ ਨੇ ਕਿਹਾ ਵੀ ਚਿੱਟੇ ਵਾਲਾਂ ਤੋਂ ਕਾਲੇ ਹੋਣਗੇ ਤਾਂ ਮਤਲਬ ਹੁਣੇ ਹੀ ਹੋ ਜਾਣੇ, ਸਾਰੇ ਜਾਣੇ ਬਾਦਸ਼ਾਹ ਵੱਲ ਵੇਖਦੇ ਪਏ, ਕਹਿੰਦੇ ਵੇਖਦਿਆਂ ਵੇਖਦਿਆਂ ਜਿੰਨਾ ਸਮਾਂ ਆਪਾਂ ਨੂੰ ਅੱਖ ਖੋਲ੍ਹਣ ਅਤੇ ਮੀਟਣ ਵਿੱਚ ਲੱਗਦਾ ਹੈ ਨਾ, ਇੰਨੇ ਸਮੇਂ ਵਿੱਚ ਹੀ ਜਦੋਂ ਲੋਕਾਂ ਨੇ ਅੱਖਾਂ 'ਚ ਭੱਕੀਆਂ ਅਤੇ ਵੇਖਿਆ ਕਿ ਬਾਦਸ਼ਾਹ ਦੇ ਵਾਲ ਕਾਲੇ ਜਿਹੜੇ ਨੇ ਉਹ ਸਾਰਿਆਂ ਨੂੰ ਦਿਖਾਈ ਦਿੰਦੇ ਹਨ। ਮੁਦਤ ਭਏ ਨਰ ਜੇ ਤੱਕ ਤਾਂ, ਜਿੰਨੇ ਲੋਕ ਸਨ ਸਾਰੇ ਖੁਸ਼ ਹੋ ਗਏ, ਬੜੇ ਪ੍ਰਸੰਨ ਹੋਏ ਵੀ ਸਾਡਾ ਬਾਦਸ਼ਾਹ ਜਵਾਨ ਹੋ ਗਿਆ। ਕਈਆਂ ਦੇ ਮਨ ਵਿੱਚ ਇਹ ਹੈ ਵੀ ਜੇ ਅਸੀਂ ਹੁੰਦੇ ਔਰੰਗਜ਼ੇਬ ਦੀ ਥਾਂ 'ਤੇ ਸਾਨੂੰ ਵੀ ਇਹਨੇ ਜਵਾਨ ਕਰ ਦੇਣਾ ਸੀ, ਕਈਆਂ ਦੇ ਮਨ ਵਿੱਚ ਇਹ ਹੈ ਵੀ ਥੋੜ੍ਹਾ ਬਹੁਤਾ ਪੈਸਾ ਧੇਲਾ ਲੈ ਕੇ ਸਾਨੂੰ ਵੀ ਇਹੋ ਜਿਹਾ ਵਜਨ ਦੇ ਦੇਵੇ। ਕਹਿੰਦੇ ਸਾਰੇ ਬੜੇ ਖੁਸ਼ ਹਨ। ਸ਼ਾਹ ਸਰੂਪ ਪ੍ਰਸੰਸਾ ਮਹਾ, ਅਤੇ ਬਾਦਸ਼ਾਹ ਜਿਹੜਾ ਉਹ ਸੋਹਣਾ ਲੱਗਣ ਲੱਗ ਪਿਆ, ਅਤੇ ਜਿਹੜੇ ਚਾਪਲੂਸ ਹੁੰਦੇ ਨੇ ਉਹਨਾਂ ਨੂੰ ਚਾਪਲੂਸੀ ਦਾ ਮੌਕਾ ਚਾਹੀਦਾ, ਉਹ ਸਾਰੇ ਕਹਿਣ ਲੱਗੇ ਬੱਲੇ ਬੱਲੇ ਬਾਦਸ਼ਾਹ ਤੇਰੇ ਵਰਗਾ ਤਾਂ ਸੋਹਣਾ ਕੋਈ ਲੱਗਦਾ ਹੀ ਨਹੀਂ ਪਿਆ, ਤੂੰ ਤਾਂ ਸਭ ਤੋਂ ਸੋਹਣਾ ਬਣ ਗਿਆ। ਸੋ ਇਸ ਤਰ੍ਹਾਂ ਬਾਦਸ਼ਾਹ ਨੂੰ ਵੜਿਆਉਂਦੇ ਹਨ। ਭਲੇ ਸਜੇ ਹੋ ਕਰੇ ਵਖਾਣ, ਅਤੇ ਸਾਰੇ ਕਹਿੰਦੇ ਭਲੇ ਸਜੇ ਹੋ, ਬੜੇ ਸੋਹਣੇ ਲੱਗਦੇ ਪਏ ਹੋ ਬਾਦਸ਼ਾਹ, ਜਹਾਂ ਪਣਾ ਇਸ ਵੇਲੇ ਤੁਹਾਡੇ ਵਰਗਾ ਸੋਹਣਾ ਕੋਈ ਨਹੀਂ ਲੱਗਦਾ ਪਿਆ, ਬਹੁਤ ਸੋਹਣੇ ਲੱਗਦੇ ਹੋ। ਸਮਸ ਬਾਲ ਜਿਵੇਂ ਫਿਰਤੇ ਜਵਾਨ, ਕਹਿਣ ਲੱਗੇ ਵੀ ਜਿਵੇਂ ਜਵਾਨ ਮਨੁੱਖ ਦੇ ਸਿਰ ਦੇ ਔਰ ਦਾੜ੍ਹੀ ਦੇ ਵਾਲ ਕਾਲੇ, ਇਸੇ ਤਰ੍ਹਾਂ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਜੀ ਤੁਸੀਂ ਅੱਜ ਤਾਂ ਨਾ ਬਿਲਕੁਲ 20-25 ਸਾਲਾਂ ਦੇ ਗੱਭਰੂ ਲੱਗਦੇ ਪਏ ਹੋ, ਸੋ ਇਸ ਤਰ੍ਹਾਂ ਦਾ ਤੁਹਾਡਾ ਜਿਹੜਾ ਰੰਗ ਹੈ ਚਿਹਰੇ ਦਾ ਔਰ ਕਿਸਾਂ ਦਾ ਹੋ ਗਿਆ ਹੈ। ਅਤ ਪ੍ਰਸੰਨਤਾ ਸ਼ਾਹੋ ਪਾਈ, ਕਹਿਣ ਲੱਗੇ ਵੀ ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਇਹ ਤਾਂ ਮੇਰੇ ਕੋਲੋਂ ਕਈ ਦਵਾਈ ਬੂਟੀ ਖਾਧਿਆਂ ਲਾਇਆ ਵੀ ਨਹੀਂ ਸੀ ਗੱਲ ਬੰਨੀ, ਜਿਹੜੀ ਗੱਲ ਬਾਬਾ ਰਾਮ ਰਾਏ ਨੇ ਬਚਨਾਂ ਨਾਲ ਕਰ ਦਿੱਤੀ ਹੈ। ਅਤ ਅਦਭੁਤ ਅਜ਼ਮਤ ਦਿਖਰਾਈ, ਬਾਬਾ ਰਾਮ ਰਾਏ ਜੀ ਗੁਰਮੁਖੋ ਇਸ ਤਰ੍ਹਾਂ ਦੀਆਂ ਕਈ ਕਰਾਮਾਤਾਂ ਜਿਹੜੀਆਂ ਨੇ ਨਾ ਉਹ ਬਾਦਸ਼ਾਹ ਹਿੰਦੁਸਤਾਨ ਨੂੰ ਵਿਖਾ ਰਹੇ ਹਨ। ਤਬਕੋ ਬਚਨ ਕਹੇ ਤੇ ਰਹੇ, ਕਹਿਣ ਲੱਗੇ ਵੀ ਬਾਬਾ ਰਾਮ ਰਾਏ ਦਾ ਬਚਨ ਪੂਰਾ ਹੋਇਆ, ਉਹਨਾਂ ਨੇ ਕਿਹਾ ਸੀ ਵੀ ਇੱਕ ਸਾਲ ਤੈਨੂੰ ਹੁਣ ਇਹ ਫਿਕਰ ਕਰਨ ਦੀ ਲੋੜ ਨਹੀਂ, ਇੱਕ ਸਾਲ ਤੱਕ ਤੇਰੇ ਵਾਲ ਕਾਲੇ ਰਹਿਣੇ ਹਨ। ਇੱਕ ਵਰਸ ਲੱਗ ਸਿਆਮਲ ਲਹੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਦੋਂ ਸਾਲ ਹੋ ਗਿਆ ਨਾ ਸਾਲ ਤੱਕ ਤੇ ਵਾਲ ਵਾਕਿਆ ਹੀ ਕਾਲੇ ਰਹੇ, ਅਤੇ ਸਾਲ ਤੋਂ ਮਗਰੋਂ ਫਿਰ ਉਹ ਜਿਹੜੇ ਵਾਲ ਕਾਲੇ ਸਨ ਉਹਨਾਂ ਸਿਹਤ ਤੈਸੇ ਹੋਏ ਗਏ, ਹੌਲੀ ਹੌਲੀ ਚਿੱਟੇ ਹੋਣੇ ਸ਼ੁਰੂ ਹੋ ਗਏ, ਅਤੇ ਉਹ ਥੋੜ੍ਹੇ ਦਿਨਾਂ ਵਿੱਚ ਉਹਨੇ ਚਿੱਟੇ ਹੋ ਗਏ ਜਿੰਨੇ ਚਿੱਟੇ ਪਹਿਲਾਂ ਸਨ, ਜਿਨ੍ਹਾਂ ਚਿੱਟਿਆਂ ਤੋਂ ਬਾਬਾ ਰਾਮ ਰਾਏ ਨੇ ਕਾਲੇ ਕੀਤੇ ਸਨ, ਇੱਕ ਸਾਲ ਬਾਅਦ ਫਿਰ ਉਸੇ ਤਰ੍ਹਾਂ ਪਹਿਲਾਂ ਦੇ ਵਾਂਗ ਚਿੱਟੇ ਹੋ ਗਏ ਹਨ। ਜਰਾ ਗ੍ਰਸਿਓ ਤਨ ਸਗਰੋ ਥਿਓ, ਕਹਿਣ ਲੱਗੇ ਵੀ ਬਾਬਾ ਰਾਮ ਰਾਏ ਵੀ ਵੇਖਦੇ ਪਏ
ਵੀ ਔਰੰਗਜ਼ੇਬ ਦਾ ਜਿਹੜਾ ਸਰੀਰ ਹੈ ਨਾ, ਹੁਣ ਬੁਢੇਪੇ ਨੇ ਹੌਲੀ ਹੌਲੀ ਗ੍ਰਸਣਾ ਸ਼ੁਰੂ ਕਰ ਦਿੱਤਾ, ਖਾਣਾ ਸ਼ੁਰੂ ਕਰ ਦਿੱਤਾ, ਬੁਢੇਪੇ ਵੱਲ ਨੂੰ ਔਰੰਗਜ਼ੇਬ ਤੁਰਿਆ ਜਾਂਦਾ ਹੈ। ਸਤਿਗੁਰ ਸੁਤ ਕੋਲੇ ਨਿਜ ਸਾਥ, ਬਾਬਾ ਰਾਮ ਰਾਏ ਜੀ ਨੂੰ ਨਾਲ ਲੈ ਕੇ ਬਾਦਸ਼ਾਹ ਔਰੰਗਜ਼ੇਬ ਚਲਿਓ ਵਹਿਰ ਕੋ ਦਿੱਲੀ ਨਾਥ। ਕਹਿਣ ਲੱਗੇ ਵੀ ਬਾਬਾ ਰਾਮ ਰਾਏ ਜੀ ਗੱਲ ਇੱਦਾਂ ਵੀ ਆਓ ਆਪਾਂ ਅੱਜ ਸੈਰ ਕਰਕੇ ਆਈਏ, ਹੁਣ ਸੈਰ 'ਤੇ ਕੀ ਕਰਨੀ ਹੈ, ਇਹ ਕੋਈ ਨਾ ਕੋਈ ਨਵੀਂ ਇਹਨੇ ਗੱਲ ਉੱਥੇ ਜਾ ਕੇ ਕਹਿਣੀ ਹੈ। ਰਾਮ ਰਾਏ ਨੂੰ ਨਾਲ ਲੈ ਕੇ ਚੱਲ ਪਿਆ ਬਾਦਸ਼ਾਹ ਔਰੰਗਜ਼ੇਬ, ਕਹਿੰਦਾ ਚਲੋ ਆਪਾਂ ਸੈਰ ਕਰਕੇ ਆਈਏ। ਜਮਨਾ ਕੂਲ ਆਏ ਪਾ ਠੰਡੋ, ਤੇ ਚਲਦਿਆਂ ਚਲਦਿਆਂ ਆਪਣੇ ਕਿਲੇ ਤੋਂ ਨਿਕਲਿਆ ਤੇ ਥੋੜ੍ਹੀ ਦੂਰੀ ਨਾਲ ਜਮਨਾ ਨਦੀ ਵਹਿੰਦੀ ਪਈ ਹੈ, ਵਗਦੀ ਪਈ ਹੈ। ਕਹਿਣ ਲੱਗੇ ਵੀ ਚਲਦਿਆਂ ਚਲਦਿਆਂ ਬਾਦਸ਼ਾਹ ਜਮਨਾ ਦੇ ਕੰਢੇ ਦੇ ਉੱਪਰ ਆ ਗਿਆ ਹੈ। ਨਯੋ ਨੀਰ ਜਿਸ ਮੈਂ ਅਤ ਵਾਢੋ, ਕਹਿਣ ਲੱਗੇ ਵੀ ਜਿਸ ਦੇ ਵਿੱਚ ਨਵਾਂ ਤੇ ਤਾਜ਼ਾ ਪਾਣੀ ਬੜਾ ਸੋਹਣਾ ਜਮਨਾ ਦੇ ਵਿੱਚ ਚੱਲਦਾ ਪਿਆ ਹੈ। ਕਾਸ਼ਟ ਤ੍ਰਿਣ ਅਰ ਗ੍ਰਾਮਨ ਸ਼ਾਨ, ਕਹਿਣ ਲੱਗੇ ਵੀ ਇਸ ਦੇ ਵਿੱਚ ਸੋ ਕਾਸ਼ਟ ਲੱਕੜਾਂ ਅਤੇ ਤ੍ਰਿਣ ਘਾਹ ਅਤੇ ਹੋਰ ਵੀ ਜਿਹੜੇ ਪਿੰਡਾਂ ਦੇ ਇਤਿਹਾਸਿਕ ਛੱਪਰ ਨੇ ਨਾ, ਉਹ ਸਾਰੇ ਪਾਣੀ ਦੇ ਵਿੱਚ ਵਹੇ ਸੁਜਾਏ ਪ੍ਰਵਾਹ ਮਹਾਨ। ਅਤੇ ਬਾਦਸ਼ਾਹ ਨੇ ਵੇਖਿਆ ਵੀ ਇਹ ਪਾਣੀ ਲੱਗਦਾ ਵੀ ਕਿਤੇ ਬਾਰਿਸ਼ ਹੋਈ ਹੈ, ਅਤੇ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਲੱਕੜਾਂ ਟੁੱਟੀਆਂ ਫੁੱਟੀਆਂ ਰੁੜੀਆਂ ਜਾ ਰਹੀਆਂ, ਵਿੱਚ ਘਾਹ ਰੁੜਿਆ ਜਾ ਰਿਹਾ, ਜਾਂ ਜਿਹੜੇ ਗਰੀਬ ਲੋਕ ਨੀਵੀਆਂ ਥਾਵਾਂ 'ਤੇ ਰਹਿੰਦੇ ਸਨ ਉਹਨਾਂ ਦੇ ਛੱਪਰ ਜਿਹੜੇ ਨੇ ਟੁੱਟ ਟੁੱਟ ਕੇ ਪਾਣੀ ਵਿੱਚ, ਉਹ ਛੱਪਰ ਵੀ ਪਾਣੀ ਵਿੱਚ ਰੁੜੇ ਜਾਂਦੇ, ਕਹਿੰਦੇ ਇਸ ਤਰ੍ਹਾਂ ਦਿਖਾਈ ਦਿੰਦੇ ਹਨ। ਸੁਣੋ ਗੁਰਸੁੱਤ ਜਲ ਸਗਾਹਾ, ਅਤੇ ਉਸ ਵੇਲੇ ਬਾਬਾ ਰਾਮ ਰਾਏ ਨੂੰ ਕਹਿਣ ਲੱਗਾ ਔਰੰਗਜ਼ੇਬ, ਔਰੰਗਜ਼ੇਬ ਕਹਿਣ ਲੱਗਾ ਵੀ ਹੇ ਗੁਰੂ ਸੁਪੁੱਤਰ, ਅੱਜ ਜਿਹੜਾ ਪਾਣੀ ਹੈ ਨਾ ਬਹੁਤ ਜ਼ਿਆਦਾ ਡੂੰਘਾ ਹੈ, ਬੜਾ ਪਾਣੀ ਅੱਜ ਚੜ੍ਹਿਆ ਹੋਇਆ ਅਤੇ ਇਹਦਾ ਜਿਹੜਾ ਪ੍ਰਵਾਹ ਹੈ ਨਾ ਬੜਾ ਤੇਜ਼ ਵਗਦਾ ਪਿਆ, ਬਹੁਤ ਜ਼ਿਆਦਾ ਜਮਨਾ ਚੜ੍ਹੀ ਹੋਈ ਹੈ। ਕਰੈ ਸੈਲ ਵਿਚਰੈ ਇਸ ਮਾਹੇ, ਅਤੇ ਮੇਰਾ ਜੀ ਕਰਦਾ ਵੀ ਇਹਦੇ ਵਿੱਚ ਸੈਰ ਕਰੀਏ, ਪਰ ਹੁਣ ਸੈਰ ਹੋ ਨਹੀਂ ਸਕਦੀ ਕਿਉਂਕਿ ਪਾਣੀ ਦੇ ਵਿੱਚ ਲੱਕੜਾਂ ਰੁੜ ਕੇ ਆ ਰਹੀਆਂ ਨੇ, ਜੇ ਬੇੜੀ 'ਤੇ ਚੜ੍ਹਾਂਗੇ ਲੱਕੜ ਕੋਈ ਬੇੜੀ ਨੂੰ ਵੱਜੇਗੀ, ਬੇੜੀ ਟੁੱਟ ਵੀ ਸਕਦੀ ਹੈ, ਡੁੱਬ ਵੀ ਸਕਦੀ ਹੈ, ਮਰ ਵੀ ਆਪਾਂ ਸਕਦੇ ਹਾਂ, ਜਾਂ ਇਹ ਵੱਡੇ ਵੱਡੇ ਛੱਪਰ ਜਿਹੜੇ ਨੇ ਬੰਨੇ ਬਣਾਏ ਇਹ ਰੁੜ ਕੇ ਤੁਰੇ ਆਉਂਦੇ ਅਤੇ ਬੇੜੀ ਦੇ ਨਾਲ ਵੀ ਟਕਰਾ ਸਕਦੇ ਨੇ। ਮੇਰਾ ਅੱਜ ਮਨ ਕਰਦਾ ਸੀ ਵੀ ਇਹਦੇ ਵਿੱਚ ਸੈਰ ਕਰੀਏ ਪਾਣੀ ਦੇ ਵਿੱਚ ਬੇੜੀ 'ਤੇ ਚੜ੍ਹ ਕੇ, ਇਹ ਮੇਰੇ ਮਨ ਦੀ ਇੱਛਾ ਹੈ। ਨਵਕਾ ਪਰ ਚੜ੍ਹ ਕੇ ਹਮ ਦੋ, ਮੈਂ ਸੋਚਦਾ ਸੀ ਵੀ ਆਪਾਂ ਦੋਵੇਂ ਜਾਣੇ ਇੱਕ ਬੇੜੀ 'ਤੇ ਸਵਾਰ ਹੋਈਏ ਅਤੇ ਤੀਜਾ ਬੰਦਾ ਆਪਣੇ ਕੋਲ ਕੋਈ ਨਾ ਹੋਵੇ, ਬਸ ਆਪਾਂ ਦੋਵੇਂ ਜਾਣੇ ਬੇੜੀ ਵਿੱਚ ਸਵਾਰ ਹੋ ਕੇ। ਅਬ ਲੋਕੈ ਪਰ ਤਟ ਲਓ ਸੋ, ਅਤੇ ਉਰਲੇ ਕਿਨਾਰੇ ਤੋਂ ਲੈ ਕੇ ਪਰਲੇ ਕਿਨਾਰੇ ਤੱਕ ਆਪਾਂ ਵੇਖੀਏ ਜਮਨਾ ਨੂੰ, ਘੁੰਮ ਫਿਰ ਕੇ ਸੈਰ ਕਰਨਾ ਕਰੀਏ। ਜਲ ਕੀ ਲਿਹੋ ਬਹਾਰ ਵੱਡ ਵਾਢਾ, ਇਹ ਜਿਹੜਾ ਪਾਣੀ ਹੈ ਵੇਖੋ ਕਿੰਨੀ ਸੋਹਣੀ ਬੁਹਾਰ ਆ ਰਹੀ ਹੈ, ਠੰਡੀ ਹਵਾ ਆ ਰਹੀ ਹੈ, ਅਤੇ ਠੰਡੀ ਹਵਾ ਦਾ ਆਨੰਦ ਮਾਨਣਾ ਕਰੀਏ। ਮਹਾਂਪ੍ਰਵਾਹ ਬੇਗ ਅਬ ਗਾਢਾ, ਪਰ ਹੁਣ ਮੇਰਾ ਵਿਚਾਰ ਇਹ ਆ ਵੀ ਇਹ ਪਾਣੀ ਬੜਾ ਤੇਜ਼ ਆ ਰਿਹਾ ਹੈ, ਬੜੀ ਰਫਤਾਰ ਦੇ ਨਾਲ ਆ ਲਿਆ, ਬੜੀਆਂ ਬੜੀਆਂ ਮੋਟੀਆਂ ਲੱਕੜਾਂ ਮੁੱਢ ਇਸੇ ਤਰ੍ਹਾਂ ਸ਼ਤੀਰ ਔਰ ਛੱਪਰ ਜਿਹੜੇ ਨੇ ਰੁੜ ਰੁੜ ਕੇ ਤੁਰੇ ਆਉਂਦੇ ਹਨ। ਅਸ ਕਹਿ ਹੁਕਮ ਦੀਨ ਤਬਸ਼ਾਹੋ, ਉਸ ਵੇਲੇ ਬਾਦਸ਼ਾਹ ਨੇ ਫਿਰ ਵੀ ਆਖਿਆ ਵੀ ਚੱਲ ਕੋਈ ਗੱਲ ਨਹੀਂ ਹੈ। ਸੈਨਾਪਤੀ ਪਿੱਛੇ ਖਲੋਤਾ ਸੀ, ਬਾਦਸ਼ਾਹ ਨੇ ਵੇਖਿਆ ਉਹਦੇ ਵੱਲ ਅਤੇ ਵੇਖ ਕੇ ਬਾਦਸ਼ਾਹ ਨੇ ਹੁਕਮ ਦਿੱਤਾ। ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਾ ਹੈ ਤਰਨੀ ਸ਼ੀਗਨ ਅਨਾਵੋ ਪਾਹੋ, ਕਹਿਣ ਲੱਗੇ ਵੀ ਲਿਆਓ ਭਾਈ ਮਲਾਵਾਂ ਨੂੰ ਆਵਾਜ਼ ਮਾਰੋ ਬੀੜੀਆਂ ਚਲਾਉਣ ਵਾਲਿਆਂ ਨੂੰ, ਛੇਤੀ ਨਾਲ ਇੱਥੇ ਬੀੜੀਆਂ ਲੈ ਕੇ ਆਓ, ਕਿਸ਼ਤੀਆਂ ਲੈ ਕੇ ਆਓ, ਬਾਦਸ਼ਾਹ ਨੇ ਮੰਗਾਈਆਂ ਹਨ। ਤਾਏ ਗਏ ਜਬ ਲੈਵੇ ਕਾਰਨ, ਕਹਿਣ ਲੱਗੇ ਵੀ ਉਹ ਜਦੋਂ ਸਿਪਾਹੀਆਂ ਨੇ ਨੌਕਰਾਂ ਨੇ ਵਜ਼ੀਰਾਂ ਨੇ ਸੁਣਿਆ ਵਚਨ ਬਾਦਸ਼ਾਹ ਦਾ ਹੁਕਮ, ਦੌੜ ਪਏ ਉਸੇ ਵੇਲੇ ਬੇੜੀਆਂ ਲਿਆਉਣ ਵਾਸਤੇ, ਕਿਸ਼ਤੀਆਂ ਲਿਆਉਣ ਵਾਸਤੇ। ਗੁਰਸੁੱਤ ਗਹਿ ਕਰ ਕੀਨ ਉਚਾਰਨ, ਅਤੇ ਉਸ ਵੇਲੇ ਬਾਬਾ ਰਾਮ ਰਾਏ ਜੀਆਂ ਨੇ ਵੇਖਿਆ ਵੀ ਇਹ ਗਏ ਨੇ ਬੇੜੀਆਂ ਲੈਣ, 2 ਮਿੰਟ ਲੰਘ ਹੈ, 5 ਮਿੰਟ ਲੰਘ ਹੈ, 10 ਮਿੰਟ ਵੀ ਬਤੀਤ ਹੋ ਗਿਆ ਵੀ ਹਾਲੇ ਤੱਕ ਬੇੜੀਆਂ ਨਹੀਂ ਆਈਆਂ। ਉਹ ਜਿਹੜੇ ਬੇੜੀਆਂ ਚਲਾਉਣ ਵਾਲੇ ਮਲਾਹ ਸਨ ਉਹਨਾਂ ਨੇ ਬੇੜੀਆਂ ਇੱਕ ਪਾਸੇ ਕਿਨਾਰੇ 'ਤੇ ਲਾ ਕੇ ਅਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਵੀ ਅੱਜ ਪਾਣੀ ਬੜਾ ਚੜ੍ਹਿਆ, ਬੇੜੀਆਂ 'ਚ ਚੱਲਣੀਆਂ ਕੋਈ ਨਹੀਂ। ਉਹ ਹੁਣ ਪਾਣੀ ਵਿੱਚ ਰਹਿਣ ਵਾਲੇ ਪਾਣੀ ਦੇ ਪ੍ਰਵਾਹ ਨੂੰ ਜਾਣਦੇ ਸਨ ਵੀ ਪਾਣੀ ਦਾ ਬੜਾ ਤੇਜ਼ ਪ੍ਰਵਾਹ ਚੱਲਦਾ ਪਿਆ, ਅੱਜ ਬੇੜੀ ਦੇ ਵੱਸ ਦੀ ਗੱਲ ਨਹੀਂ ਹੈ। ਜਿਹੜੇ ਬਾਦਸ਼ਾਹ ਦੇ ਸਿਪਾਹੀ ਦੌੜੇ ਨੇ ਉਹ ਲੱਭਦੇ ਫਿਰਦੇ, ਕਦੇ ਬੇੜੀ ਨਹੀਂ ਲੱਭਦੀ, ਜੇ ਬੇੜੀ ਲੱਭਦੀ ਹੈ ਤਾਂ ਬੰਦਾ ਨਹੀਂ ਲੱਭਦਾ। ਉਹ ਲੱਭਦਿਆਂ ਲਭਾਉਂਦਿਆਂ ਕਰਦਿਆਂ ਕਰਾਉਂਦਿਆਂ ਕੁਝ ਟਾਈਮ ਲੱਗ ਗਿਆ। ਬਾਬਾ ਰਾਮ ਰਾਏ ਨੇ ਵੇਖਿਆ ਵੀ ਇਹ ਬੇੜੀਆਂ ਪਤਾ ਨਹੀਂ ਕਦੋਂ ਆਉਣਗੀਆਂ ਅਤੇ ਕਦੋਂ ਸੈਰ ਕਰਨੀ ਹੈ। ਬਾਬਾ ਰਾਮ ਰਾਏ ਨੇ ਉਸ ਵੇਲੇ ਔਰੰਗਜ਼ੇਬ ਦਾ ਹੱਥ ਫੜਿਆ, ਕਹਿਣ ਲੱਗੇ ਲਿਆ ਬਾਦਸ਼ਾਹ ਔਰੰਗਜ਼ੇਬ ਸਾਨੂੰ ਹੱਥ ਫੜਾ ਆਪਣਾ। ਉਸ ਵੇਲੇ ਫਿਰ ਲੱਗਾ ਬਿਲੰਬ ਤਰੀ ਕਹੋ ਆਵਤ, ਨਾਲ ਹੀ ਆਖਿਆ ਵੀ ਤੇਰੀ ਬੇੜੀ ਪਤਾ ਨਹੀਂ ਕਦੋਂ ਆਉਣੀ ਹੈ, ਆਉਣੀ ਵੀ ਹੈ ਕਿ ਨਹੀਂ ਆਉਣੀ, ਜੇ ਆਵੇਗੀ ਵੀ ਤੇ ਉਹਨੂੰ ਤਾਂ ਵੀ ਟਾਈਮ ਲੱਗ ਜਾਣਾ ਹੈ। ਐਂਚ ਐਂਚ ਕਰ ਮਰਸੋ ਲਿਆਵਤ, ਤੇ ਜੇ ਲਿਆਂਦੀ ਵੀ ਗਈ ਤੇ ਜਿਹੜੇ ਲਿਆਉਣ ਵਾਲੇ ਨੇ ਵਿਚਾਰਿਆਂ ਨੇ ਉਦਾਂ ਹੀ ਮਰ ਜਾਣਾ, ਬੇੜੀ ਨੂੰ ਖਿੱਚ ਖਿੱਚ ਕੇ ਇੰਨੇ ਪਾਣੀ ਵਿੱਚ ਕਿਵੇਂ ਉਹ ਖਿੱਚ ਕੇ ਲਿਆਉਣਗੇ, ਲਿਆਉਣਗੇ ਤੇ ਵੱਡੇ ਵੱਡੇ ਸ਼ਤੀਰ ਨਾਲ ਟਕਰਾਉਣਗੇ, ਬੇੜੀ ਫਿਰ ਪਿੱਛੇ ਨੂੰ ਭੱਜ ਜਾਣੀ ਹੈ, ਉਹਨਾਂ ਵਾਸਤੇ ਲਿਆਉਣੀ ਔਖੀ। ਲੈ ਵੀ ਆਏ ਤੇ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ,
ਬੜਾ ਦੁਖਦਾਈ ਕੰਮ ਹੈ। ਪਰ ਹੈ ਸੈਲ ਹਵੈ ਕੈ ਪਦਚਾਰੀ, ਜੇ ਤੂੰ ਸੈਰ ਹੀ ਕਰਨੀ ਹੈ ਤੇ ਸੈਰ ਜ਼ਰੂਰੀ ਬੇੜੀ ਵਿੱਚ ਕਰਨੀ, ਆਪਾਂ ਤੁਰ ਕੇ ਸੈਰ ਕਰੀਏ, ਤੂੰ ਮੇਰੇ ਨਾਲ ਚੱਲ, ਜਿਵੇਂ ਆਪਾਂ ਤੁਰਦੇ ਫਿਰਦੇ ਹਾਂ ਧਰਤੀ 'ਤੇ ਗੇੜਾ ਕੱਢਦੇ ਹਾਂ, ਚੱਲ ਤੈਨੂੰ ਮੈਂ ਪਾਣੀ ਦਾ ਗੇੜਾ ਕਢਾਵਾਂ। ਜਦੋਂ ਇਹ ਗੱਲ ਆਖੀ ਤਾਂ ਔਰੰਗਜ਼ੇਬ ਡਰ ਗਿਆ ਵੀ ਇਹਨਾਂ ਵਿਰਾਜ ਵਿੱਚ ਜਾ ਕੇ ਉੱਥੇ ਜਿਵੇਂ ਅੱਗੇ ਪਹਿਲਾਂ ਮੈਂ ਵੇਸਵਾ ਡੋਬੀਆਂ ਸਨ ਜਾਂ ਹੋਰ ਸਾਧੂ ਡੋਬੇ ਪਾਣੀ 'ਚ, ਅਤੇ ਇਹ ਡੂੰਘੇ ਪਾਣੀ 'ਚ ਲਿਜਾ ਕੇ ਅਤੇ ਮੈਨੂੰ ਡੋਬ ਦੇਵੇ ਉੱਥੇ ਜਾ ਕੇ, ਇਹਦਾ ਕੀ ਭਰੋਸਾ ਕਰਨਾ ਹੈ। ਬਾਦਸ਼ਾਹ ਕਹਿਣ ਲੱਗਾ, ਨਹੀਂ ਨਹੀਂ ਬਾਬਾ ਜੀ, ਇੰਨੀ ਵੀ ਕਿਰਪਾ ਨਾ ਕਰੋ, ਮੈਂ ਦੁਨੀਆ ਨੂੰ ਮਾਰਨ ਵਾਲਾ, ਤੁਸੀਂ ਮੈਨੂੰ ਮਾਰਨ ਲੱਗੇ ਹੋ। ਸੋਚਦਾ ਪਿਆ ਮਨ ਦੇ ਵਿੱਚ, ਨਹੀਂ ਆਪਾਂ ਬੇੜੀ ਦਾ ਇੰਤਜ਼ਾਮ ਕਰੀਏ, ਬੇੜੀ ਨੂੰ ਉਡੀਕ ਲਈਏ। ਬਾਬਾ ਰਾਮ ਰਾਏ ਜੀ ਜਾਣ ਗਿਆ ਵੀ ਔਰੰਗਾ ਜਿਵੇਂ ਦੁਨੀਆ ਦੇ ਨਾਲ ਕਰਦਾ, ਇਹਦੇ ਮਨ ਵਿੱਚ ਵੀ ਖਿਆਲ ਆ ਗਿਆ ਵੀ ਸ਼ਾਇਦ ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਹੋਣ ਲੱਗਾ। ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਫਿਕਰ ਨਾ ਕਰ, ਤੈਨੂੰ ਡੁੱਬਣ ਨਹੀਂ ਦਿੰਦੇ, ਨਾ ਹੀ ਤੈਨੂੰ ਡੁੱਬਣ ਵਾਸਤੇ ਆਏ ਹਾਂ। ਜੇ ਅਸੀਂ ਸਵਰਗਾਂ ਦੇ ਫਲ ਮੰਗਾ ਸਕਦੇ ਹਾਂ, ਹੋਰ ਵੱਡੇ ਵੱਡੇ ਕਾਰਜ ਕਰ ਸਕਦੇ ਹਾਂ, ਤਾਂ ਫਿਰ ਤੈਨੂੰ ਵੀ ਜੇ ਖਤਮ ਕਰਨਾ ਤਾਂ ਬਚਨ ਨਾਲ ਹੀ ਤਾਂ ਖਤਮ ਕਰ ਸਕਦੇ ਹਾਂ ਨਾ, ਡੋਬਣਾ ਜ਼ਰੂਰ ਹੈ। ਇਸ ਕਰਕੇ ਡਰ ਨਾ, ਤੂੰ ਸਾਡੇ 'ਤੇ ਭਰੋਸਾ ਰੱਖ, ਤੈਨੂੰ ਅਸੀਂ ਪਾਣੀ ਦੀ ਸੈਰ ਕਰਵਾਉਂਦੇ ਹਾਂ। ਇਸ ਤਰ੍ਹਾਂ ਕਹਿੰਦੇ ਹਨ, ਸੂਰਯ ਤਨਿਆ ਲੰਘੈ ਸਾਰੀ। ਇਹ ਜਿਹੜੀ ਸੂਰਜ ਦੀ ਪੁੱਤਰੀ ਹੈ, ਜਮਨਾ ਜਿਹੜੀ ਹੈ ਨਾ, ਉਹ ਸੂਰਜ ਦੀ ਪੁੱਤਰੀ ਮੰਨੀ ਜਾਂਦੀ ਹੈ। ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖਿਆ ਵੀ ਇਹ ਜਮਨਾ ਨਦੀ ਸੂਰਜ ਦੀ ਧੀ ਹੈ, ਸਪੁੱਤਰੀ ਹੈ। ਸੋ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਵੀ ਲਿਆ ਸਾਨੂੰ ਹੱਥ ਫੜਾ ਆਪਣਾ, ਅਤੇ ਆਪਾਂ ਤੁਰ ਕੇ ਜਿਵੇਂ ਧਰਤੀ 'ਤੇ ਤੁਰਦੇ ਹਾਂ ਨਾ ਪੈਦਲ, ਇਸੇ ਤਰ੍ਹਾਂ ਹੀ ਜਮਨਾ ਦੇ ਉੱਪਰ ਤੁਰ ਕੇ ਆਪਾਂ ਪਾਰ ਲੰਘ ਜਾਣਾ ਹੈ। ਅਤੇ ਇਸ ਤਰ੍ਹਾਂ ਕਹਿ ਕੇ ਐਂਚੀ ਬਾਹੋ ਅਗਾਰੀ, ਅਤੇ ਬਾਦਸ਼ਾਹ 'ਤੇ ਫਿਰ ਵੀ ਖਲੋਤਾ ਹੈ, ਕਿਉਂਕਿ ਉਹ ਬੜਾ ਚਲਾਕ ਹੈ, ਬੜਾ ਸ਼ੈਤਾਨ ਹੈ, ਭਰੋਸਾ ਨਹੀਂ ਕਰਦਾ ਕਿਸੇ 'ਤੇ। ਅਤੇ ਜਦੋਂ ਬਾਬਾ ਰਾਮ ਰਾਏ ਨੇ ਵੇਖਿਆ ਵੀ ਇਹ ਕਹਿਣ 'ਤੇ ਵੀ ਨਹੀਂ ਤੁਰਿਆ, ਅਤੇ ਉੱਥੇ ਹੀ ਪੈਰ ਜਮਾ ਕੇ ਖਲੋਤਾ, ਬਾਬਾ ਰਾਮ ਰਾਏ ਨੇ ਬਾਂਹ ਫਾਲੀ ਗੁੜ ਤੋਂ, ਅਤੇ ਬਾਂਹ ਫੜ ਕੇ ਖਿੱਚਿਆ ਵੀ ਚੱਲ ਫਿਰ ਆਪਾਂ ਚੱਲੀਏ ਹੁਣ, ਅਤੇ ਕਹਿਣ ਲੱਗੇ ਜਦੋਂ ਖਿੱਚਿਆ ਹੈ ਸਾਹੋ ਨਾ ਚੱਲੇ ਤ੍ਰਾਸੁਰ ਭਾਰੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਬਾਦਸ਼ਾਹ ਦੇ ਪੈਰ ਗਾਂ ਰੱਖਦਾ ਹੀ ਨਹੀਂ, ਉੱਥੇ ਹੀ ਗੱਡ ਲੈ। ਕਹਿਣ ਲੱਗਾ ਵੀ ਬੜਾ ਡਰ ਹੈ, ਪਾਣੀ ਨੇ ਥੋੜ੍ਹਾ ਜਾਣਨਾ ਵੀ ਮੈਂ ਬਾਦਸ਼ਾਹ ਹਾਂ, ਇਹ ਤਾਂ ਦੁਨੀਆ ਜਾਣਦੀ ਹੈ ਨਾ, ਸਿਪਾਹੀ ਮੇਰੇ ਜਾਣਦੇ ਜਾਂ ਜਿਹੜੀ ਮੇਰੀ ਪਰਜਾ ਉਹ ਜਾਣਦੀ ਵੀ ਮੈਂ ਬਾਦਸ਼ਾਹ। ਹੁਣ ਪਾਣੀ ਨੇ ਥੋੜ੍ਹੀ ਜਾਣਨਾ ਮੈਂ ਬਾਦਸ਼ਾਹ, ਅਤੇ ਨਾਲੇ ਮਨ ਵਿੱਚ ਇਹ ਹੈ ਵੀ ਜੇ ਤੁਰੇ ਤੁਰੇ ਜਾਂਦਿਆਂ ਕੋਈ ਛੱਪਰ ਹੀ ਉੱਤੇ ਆ ਕੇ ਡਿੱਗ ਪਿਆ, ਕੋਈ ਸ਼ਤੀਰ ਸਾਡੇ ਸਿਰ 'ਚ ਵੱਜ ਗਿਆ, ਮੈਂ ਮਰ ਜਾਵਾਂਗਾ, ਅਤੇ ਨਾਲੇ ਇਹਦਾ ਕੀ ਭਰੋਸਾ, ਇਹ ਪੰਜਾਬੀ ਬੰਦਾ ਰਾਹ ਵਿੱਚ ਜਾ ਕੇ ਮੇਰੀ ਬਾਂਹ ਛੱਡ ਦੇਵੇ ਅਤੇ ਮੈਂ ਕਿੱਧਰ ਨੂੰ ਜਾਵਾਂਗਾ। ਬਾਦਸ਼ਾਹ ਪੈਰ ਪੱਟਦਾ ਕੋਈ ਨਹੀਂ, ਬਾਬਾ ਰਾਮ ਰਾਏ ਹੱਥ ਫੜ ਕੇ ਖਿੱਚਦੇ ਪੈ ਵੀ ਚੱਲ ਚੱਲੀਏ, ਚੱਲ ਚੱਲੀਏ। ਅਤੇ ਕਹਿਣ ਲੱਗੇ ਫਿਰ ਨਹੀਂ ਪਾਇਨ ਪਹਿਰੇ ਖਰੇ, ਅਤੇ ਕਹਿਣ ਲੱਗੇ ਵੀ ਬਾਦਸ਼ਾਹ ਨੇ ਜੁੱਤੀ ਪਾਈ ਹੋਈ ਉਸੇ ਤਰ੍ਹਾਂ, ਅਤੇ ਕਦੇ ਮਨ ਵਿੱਚ ਸੋਚਦਾ ਵੀ ਜੁੱਤੀ ਲਾ ਲਵਾਂ ਕਿਤੇ ਇਹ ਨਾ ਪਾਣੀ ਵਿੱਚ ਭਿੱਜ ਜਾਵੇ, ਕਦੇ ਸੋਚਦਾ ਵੀ ਜੁੱਤੀ ਸੁੱਟ ਕੇ ਵੇਖਾਂ ਵੀ ਇਹ ਡੁੱਬਦੀ ਹੈ ਕਿ ਨਹੀਂ ਡੁੱਬਦੀ ਹੈ। ਇਸ ਤਰ੍ਹਾਂ ਦੀਆਂ ਕਈ ਵਿਚਾਰਾਂ ਕਰਦਾ ਪਿਆ ਹੈ। ਜਲ ਪਰ ਚਰਨ ਨਹੀਂ ਤਬ ਧਰੇ, ਤੇ ਬਾਦਸ਼ਾਹ ਨਹੀਂ, ਬਾਦਸ਼ਾਹ ਨੇ ਪੈਰ ਅੱਗੇ ਰੱਖਿਆ ਹੀ ਨਹੀਂ। ਕਹਿਣ ਲੱਗਾ ਵੀ ਨਾ ਨਾ, ਪਾਣੀ ਤੋਂ ਤਾਂ ਲੱਗਦਾ ਡਰ, ਪਾਣੀ ਦੇ ਵਿੱਚ ਮੈਂ ਨਹੀਂ ਪੈਰ ਪਾ ਸਕਦਾ। ਦੁਨੀਆਂ ਨੂੰ ਡਰ ਦੇਣ ਵਾਲਾ ਬਾਦਸ਼ਾਹ ਪਾਣੀ ਤੋਂ ਡਰਦਾ ਪਿਆ, ਦੁਨੀਆਂ ਨੂੰ ਪਾਣੀ ਵਿੱਚ ਡੋਬਣ ਵਾਲਾ। ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਪੜ੍ਹਿਆ ਨਾ ਵੀ ਕਈ ਸਾਧੂ ਇਹਨੇ ਬੇੜੀਆਂ ਵਿੱਚ ਬਿਠਾ ਕੇ ਅਤੇ ਸਿਪਾਹੀਆਂ ਨੂੰ ਆਖਿਆ ਵੀ ਬੇੜੀਆਂ ਪਾਣੀ ਵਿੱਚ ਡੋਬ ਦਿਓ। ਦਿੱਲੀ ਸ਼ਹਿਰ ਦੀਆਂ ਵੇਸਵਾ ਜਿਹੜੀਆਂ ਸਨ ਉਹਨਾਂ ਨੂੰ ਬੇੜੀ 'ਚ ਬਿਠਾ ਕੇ ਅਤੇ ਸਿਪਾਹੀਆਂ ਨੂੰ ਆਖਿਆ ਪਾਣੀ ਵਿੱਚ ਡੋਬ ਕੇ ਮਾਰ ਦਿਓ। ਦੂਜਿਆਂ ਨੂੰ ਮੌਤ ਵੰਡਣ ਵਾਲਾ, ਪਾਣੀ ਵਿੱਚ ਡੋਬਣ ਵਾਲਾ ਬਾਦਸ਼ਾਹ ਹਿੰਦੁਸਤਾਨ ਔਰੰਗਜ਼ੇਬ ਅੱਜ ਪਾਣੀ ਵਿੱਚ ਪੈਰ ਪਾਉਣ ਤੋਂ ਡਰਦਾ ਹੈ। ਉਹ ਆਪਣਾ ਪਾਪ ਜਿਹੜਾ ਉਹਨੂੰ ਅੱਖਾਂ ਅੱਗੇ ਆ ਰਿਹਾ ਵੀ ਮੈਂ ਦੁਨੀਆ ਨਾਲ ਇਸ ਤਰ੍ਹਾਂ ਕੀਤਾ ਅਤੇ ਮੇਰਾ ਵੀ ਤਾਂ ਕੋਈ ਗੁਰੂ ਹੋ ਸਕਦਾ ਨਾ, ਮੈਨੂੰ ਵੀ ਡੋਬ ਸਕਦਾ ਹੈ। ਬਾਬਾ ਰਾਮ ਰਾਏ ਜੀ ਬਾਂਹ ਤੋਂ ਫੜ ਕੇ ਗਾਂਹ ਨੂੰ ਖਿੱਚਦੇ, ਆ ਚੱਲੀਏ, ਅਤੇ ਬਾਦਸ਼ਾਹ ਔਰੰਗਜ਼ੇਬ ਗਾਂਹ ਪੈਰ ਨਹੀਂ ਪੁੱਟਦਾ, ਕਹਿਣ ਲੱਗਾ ਮੈਂ ਨਹੀਂ ਅੱਗੇ ਜਾਣਾ, ਮੈਂ ਡੁੱਬ ਜਾਵਾਂਗਾ। ਅਤੇ ਫਿਰ ਗੁਰਸੁੱਤ ਕਹਿਓ ਪਿਛਾਰੀ ਮੋਹੇ, ਅਤੇ ਉਸ ਵੇਲੇ ਗੁਰੂ ਸਾਹਿਬ ਦੇ ਸਪੁੱਤਰ ਨੇ ਬਾਬਾ ਰਾਮ ਰਾਏ ਨੇ ਵੇਖਿਆ ਵੀ ਇਹ ਤਾਂ ਯਕੀਨ ਹੀ ਨਹੀਂ ਕਰਦਾ, ਇਹ ਯਕੀਨ ਨਹੀਂ ਕਰਦਾ, ਇਹ ਭਰੋਸਾ ਨਹੀਂ ਕਰਦਾ ਹੈ। ਸੋ ਬਾਦਸ਼ਾਹ ਔਰੰਗਜ਼ੇਬ ਵਾਕਿਆ ਕਿਸੇ 'ਤੇ ਭਰੋਸਾ ਨਹੀਂ ਕਰਦਾ ਹੈ, ਔਰ ਨਾ ਭਰੋਸਾ ਕਰਨ ਕਰਕੇ ਅੱਖਾਂ ਨਾਲ ਪਤਿਆਉਂਦਾ ਹੈ, ਵੇਖਦਾ ਵੀ ਗੱਲ ਸੱਚੀ ਹੈ ਕਿ ਝੂਠੀ ਹੈ। ਜਿਵੇਂ ਆਪਾਂ ਕੱਲ੍ਹ ਇਤਿਹਾਸ ਵਿੱਚ ਬਚਨ ਸੁਣਿਆ ਸੀ ਨਾ, ਜਦੋਂ ਬਾਬਾ ਰਾਮ ਰਾਏ ਨੇ ਆਖਿਆ ਵੀ ਇਹ ਬਾਜ ਤੇਰੇ ਪਿਤਾ ਦਾ ਵਜ਼ੀਰ ਰਿਹਾ ਹੈ, ਇਸ ਤਰ੍ਹਾਂ ਮਾਸ ਲੈ ਕੇ ਆਇਆ ਖਵਾਉਣ ਵਾਸਤੇ, ਅਤੇ ਬਾਦਸ਼ਾਹ ਨੂੰ ਗੱਲ ਸੁਣ ਕੇ ਯਕੀਨ ਨਹੀਂ ਆਇਆ। ਇਹਨੇ ਦਿੱਲੀ ਦੇ ਜਿਹੜੇ ਬੁੱਢੇ ਬਜ਼ੁਰਗ ਸਨ ਉਹ ਇਕੱਠੇ ਕੀਤੇ, ਉਹਨਾਂ ਕੋਲੋਂ ਪੁੱਛਿਆ ਵੀ ਇਹ ਗੱਲ ਹੋਈ ਹੈ ਕਿ ਨਹੀਂ ਹੋਈ, ਅਤੇ ਜਦੋਂ ਉਹਨਾਂ ਨੇ ਹਾਮੀ ਭਰੀ ਨਾ ਵੀ ਹਾਂ ਹੋਈ ਹੈ, ਫਿਰ ਯਕੀਨ ਆਇਆ। ਇੰਨਾ ਇਹ ਮਤਲਬ ਕਿਸੇ 'ਤੇ ਯਕੀਨ ਕੋਈ ਨਹੀਂ ਕਰਦਾ, ਕਿਸੇ ਉੱਪਰ ਇਤਬਾਰ ਨਹੀਂ ਕਰਦਾ, ਭਰੋਸਾ ਨਹੀਂ ਕਰਦਾ। ਕਾਰਨ ਇਹ ਹੈ ਵੀ ਇਹਨੂੰ ਜੇ ਕਿਸੇ 'ਤੇ ਭਰੋਸਾ ਨਹੀਂ ਹੈ ਤਾਂ ਉਹਦਾ ਕਾਰਨ ਇਹ ਹੈ ਵੀ ਇਹਨੇ ਆਪ ਲੋਕਾਂ ਨਾਲ ਬੜੀ ਦਗਾਬਾਜ਼ੀ ਕੀਤੀ, ਆਪਣੇ ਬਾਪ ਦੇ ਨਾਲ ਜਿਹਨੇ ਦਗਾ ਕੀਤਾ, ਛਲ ਕੀਤਾ, ਜਿਹਨੇ ਭਰਾਵਾਂ ਦੇ ਨਾਲ ਛਲ ਕੀਤਾ, ਮਰਵਾ ਦਿੱਤੇ, ਕਤਲ ਕਰਵਾ ਦਿੱਤੇ,
ਜਿਹੜਾ ਆਪ ਨਹੀਂ ਕਿਸੇ ਦੇ ਨਾਲ ਮਿੱਤਰਤਾ ਹੀ ਨਿਭਾ ਸਕਿਆ, ਕਿਸੇ ਦਾ ਭਰੋਸਾ ਆਪ ਨਹੀਂ ਜਿੱਤ ਸਕਿਆ, ਹੁਣ ਇਹ ਦੂਜਿਆਂ 'ਤੇ ਭਰੋਸਾ ਕਿਵੇਂ ਕਰੇ? ਤਾਂ ਨਹੀਂ ਹੈ ਭਰੋਸਾ ਇਹਦੇ ਮਨ ਵਿੱਚ। ਬਾਬਾ ਰਾਮ ਰਾਏ ਨੇ ਵੇਖੋ ਕਿੰਨੀਆਂ ਕਰਾਮਾਤਾਂ ਵਿਖਾਈਆਂ ਨੇ, ਪਰ ਔਰੰਗਜ਼ੇਬ ਨੂੰ ਬਿਲਕੁਲ ਯਕੀਨ ਕੋਈ ਨਹੀਂ ਆਇਆ ਇੰਨੀਆਂ ਕਰਾਮਾਤਾਂ ਵੇਖਣ ਤੋਂ ਮਗਰੋਂ। ਬਾਬਾ ਰਾਮ ਰਾਏ ਜੀ ਖਿੱਚਦੇ ਨੇ, ਔਰੰਗਜ਼ੇਬ ਨੇ ਪੈਰ ਨਹੀਂ ਪੱਟਿਆ। ਹੁਣ ਬਾਬਾ ਰਾਮ ਰਾਏ ਜੀ ਨੇ ਵਿਚਾਰਿਆ ਵੀ ਇਹ ਤਾਂ ਜਿੱਦੀ ਬੰਦਾ ਹੈ, ਆਖੇ ਨਹੀਂ ਲੱਗਦਾ ਪਿਆ, ਔਰ ਇਹਨੂੰ ਭਰੋਸਾ ਵੀ ਨਹੀਂ ਹੈ ਸਾਡੇ ਉੱਪਰ। ਫਿਰ ਉਹਨਾਂ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਚੱਲ ਫਿਰ ਮੈਂ ਅੱਗੇ ਜਾਂਦਾ, ਜੇ ਤਾਂ ਮੈਂ ਗਿਆ ਡੁੱਬ ਤਾਂ ਫਿਰ ਤੂੰ ਪਾਣੀ ਵਿੱਚ ਨਾ ਵੜੀ ਬਾਹਰ ਨੂੰ ਭੱਜ ਜਾਈਂ, ਨਿਕਲ ਜਾਈਂ, ਜਾਨ ਬਚਾ ਲਈ, ਅਤੇ ਜੇ ਮੈਂ ਨਾ ਡੁੱਬਿਆ ਤਾਂ ਫਿਰ ਸਮਝ ਲਈ ਵੀ ਤੂੰ ਵੀ ਨਹੀਂ ਡੁੱਬੇਗਾ ਅਤੇ ਮੇਰੇ ਮਗਰ ਤੁਰ ਆਈ, ਮੈਂ ਤੇਰੇ ਅੱਗੇ ਲਾ ਕੇ ਤੁਰਦਾ ਹਾਂ। ਕਹਿੰਦੇ ਵੀ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਆਪ ਅੱਗੇ ਲਾ ਕੇ ਤੁਰੇ ਹਨ। ਮਨ ਹੀ ਪਾਏ ਨਾ ਭੀਜੈ ਤੋਹੇ, ਅਤੇ ਕਹਿਣ ਲੱਗੇ ਨਾਲ ਹੀ ਬਚਨ ਕੀਤਾ ਬਾਬਾ ਰਾਮ ਰਾਏ ਨੇ, ਕਹਿਣ ਲੱਗੇ ਔਰੰਗਜ਼ੇਬ ਤੇਰੀ ਜੁੱਤੀ ਜਿਹੜੀ ਨਾ ਪਾਣੀ ਨਾਲ ਭਿੱਜੇਗੀ ਨਹੀਂ, ਇਹ ਤੈਨੂੰ ਅਸੀਂ ਬਚਨ ਦਿੰਦੇ ਹਾਂ। ਜੁੱਤੀ ਦੇ ਥੱਲੇ ਤਲੇ ਨੂੰ ਤਾਂ ਪਾਣੀ ਲੱਗ ਸਕਦਾ ਹੈ, ਪਰ ਜੁੱਤੀ ਦੇ ਵਿੱਚ ਪਾਣੀ ਨਹੀਂ ਪੈ ਸਕਦਾ ਭਾਵੇਂ ਕਿੰਨਾ ਵੀ ਚੜਿਆ ਹੋਇਆ। ਇਹ ਬਚਨ ਕਰਕੇ ਬਾਬਾ ਰਾਮ ਰਾਏ ਜੀ ਚੱਲ ਪਏ ਹਨ। ਹੋਏ ਨਿਸ਼ੰਕ ਚਲੋ ਜਰ ਪਰਕੋ, ਅਤੇ ਗੱਲ ਇਹ ਆ ਵੀ ਪਾਣੀ ਵਿੱਚ ਪੈਰ ਰੱਖਣ ਲੱਗਿਆ ਡਰੀ ਨਾ, ਇਹਨਾਂ ਮੈਂ ਪਹਿਲਾਂ ਪੈਰ ਰੱਖ ਰੱਖ ਕੇ ਪੋਲਾ ਪੋਲਾ ਵੇਖੇ ਵੀ ਡੁੱਬਦਾ ਕਿ ਨਹੀਂ ਡੁੱਬਦਾ, ਬਚਨ 'ਤੇ ਭਰੋਸਾ ਰੱਖੀ, ਕਿਉਂਕਿ ਭਰੋਸਾ ਰੱਖਣ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ ਨਾ, ਬਿਨ ਭਰੋਸੇ ਨੇ ਕਿੱਧਰ ਨੂੰ ਤੁਰ ਪੈਣਾ, ਕੀ ਪ੍ਰਾਪਤੀ ਕਰ ਲੈਣੀ ਹੈ। ਸੋ ਕਹਿਣ ਲੱਗੇ ਵੀ ਭਰੋਸਾ ਰੱਖ ਅਤੇ ਸਾਡੇ ਮਗਰ ਮਗਰ ਚੱਲ, ਅਸੀਂ ਤੇਰੇ ਅੱਗੇ ਚੱਲਦੇ ਹਾਂ। ਸਨੇ ਸਨੇ ਹੇਰਤ ਤੱਟ ਪਰ ਕੋ, ਆਪਾਂ ਹੌਲੀ ਹੌਲੀ ਇਹ ਪਹਿਲਾਂ ਇਸ ਕਿਨਾਰੇ ਜਾਵਾਂਗੇ, ਫਿਰ ਨਦੀ ਪਾਰ ਕਰਕੇ ਦੂਜੇ ਕਿਨਾਰੇ ਜਾਵਾਂਗੇ, ਚੰਗੀ ਤਰ੍ਹਾਂ ਕਿਨਾਰਾ ਵੇਖ ਕੇ ਸੈਰ ਸਪਾਟਾ ਕਰਕੇ ਅਤੇ ਆਪਾਂ ਵਾਪਸ ਆ ਜਾਣਾ ਹੈ। ਜੇ ਤੱਕ ਰੁਚ ਤੇ ਤੱਕ ਫਿਰ ਆਵੇ, ਜਿੰਨੀ ਕੁ ਤੇਰੀ ਰੁਚੀ ਹੋਵੇਗੀ। ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਆਪਾਂ ਸਾਰਾ ਦਿਨ ਅੱਜ ਪਾਣੀ ਵਿੱਚ ਹੀ ਰਹਿਣਾ ਹੈ, ਜਦੋਂ ਤੂੰ ਕਹੇਂਗਾ ਵੀ ਥੱਕ ਗਏ ਹਾਂ ਬਸ ਮੇਰਾ ਮਨ ਭਰ ਗਿਆ ਅਤੇ ਚੱਲੀਏ ਵਾਪਸ, ਆਪਾਂ ਮੁੜ ਆਵਾਂਗੇ, ਮੈਂ ਤੈਨੂੰ ਜ਼ਿਆਦਾ ਚਿਰ ਨਹੀਂ ਪਾਣੀ ਵਿੱਚ ਰੱਖਦਾ, ਜਦੋਂ ਕਵੇਂਗਾ ਉਦੋਂ ਆਪਾਂ ਵਾਪਸ ਮੁੜਨਾ ਹੈ। ਨਹਿ ਸੁਖ ਚੋ ਜਲ ਸ਼ੁਭ ਨਾ ਪਾਵੇ, ਫਿਰ ਬਚਨ ਕੀਤਿਆ ਬਾਦਸ਼ਾਹ ਸੰਕੋਚ ਨਾ ਕਰ, ਡਰ ਨਾ, ਇਹ ਪਾਣੀ ਤੈਨੂੰ ਸ਼ੋਹ ਨਹੀਂ ਸਕੇਗਾ, ਕਿਉਂਕਿ ਇਹ ਵੀ ਤਾਂ ਸਾਡੇ ਹੁਕਮ ਦੇ ਵਿੱਚ ਹੀ ਹਨ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸਾਹਿਬ ਜੀ ਦੇ ਬਚਨ ਸਨ ਬਾਬਾ ਰਾਮ ਰਾਏ ਜੀ, ਪੂਰੇ ਬ੍ਰਹਿਮੰਡ ਦੇ ਵਿੱਚ ਤੁਹਾਡਾ ਹੁਕਮ ਚੱਲੇਗਾ, ਅਤੇ ਬ੍ਰਹਿਮੰਡ ਦੇ ਵਿੱਚ ਤਾਂ ਫਿਰ ਜਲ ਵੀ ਤਾਂ ਆਉਂਦਾ, ਵਰੁਣ ਦੇਵਤਾ ਵੀ ਤਾਂ ਆਉਂਦਾ ਹੀ ਹੈ ਨਾ, ਤੁਹਾਡੇ ਹੁਕਮ ਤੋਂ ਬਾਹਰ ਕੋਈ ਨਹੀਂ ਹੋਵੇਗਾ, ਸਾਰੀ ਕਾਇਨਾਤ ਤੁਹਾਡਾ ਹੁਕਮ ਮੰਨੇਗੀ। ਸੋ ਬਾਬਾ ਰਾਮ ਰਾਏ ਜੀ ਤਾਂ ਹੀ ਕਹਿ ਰਹੇ ਨੇ, ਕਹਿਣ ਲੱਗੇ ਧੀਰਜ ਰੱਖ, ਕੁਝ ਨਹੀਂ ਹੋਵੇਗਾ, ਤੇ ਭਰੋਸਾ ਰੱਖ ਕੇ ਤੇ ਚੱਲਣਾ ਕਰ। ਇਹਮ ਕਹਿ ਧੀਰਜ ਦੇ ਕਰ ਭਲੇ, ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਹੋਰ ਵੀ ਕਈ ਗੱਲਾਂ ਕਹਿ ਕੇ ਨਾ, ਤੇ ਔਰੰਗਜ਼ੇਬ ਨੂੰ ਧੀਰਜ ਦਿੱਤੀ ਬਾਬਾ ਰਾਮ ਰਾਏ ਨੇ, ਹੌਸਲਾ ਦਿੱਤਾ ਵੀ ਤੂੰ ਐਡਾ ਵੱਡਾ ਬਾਦਸ਼ਾਹ ਅਤੇ ਆਹ ਇੱਕ ਗੱਲ ਮੰਨਣ ਵਾਸਤੇ ਤੇਰਾ ਮਨ ਨਹੀਂ ਮੰਨਦਾ ਪਿਆ, ਤੇ ਕੀ ਤੂੰ ਕਰ ਲੈਣਾ ਬਾਦਸ਼ਾਹ ਬਣ ਕੇ? ਕਈ ਗੱਲਾਂ ਕਹਿ ਕੇ ਇਹਨੂੰ ਥੋੜ੍ਹੀ ਧੀਰਜ ਬਣਾਈ ਹੈ, ਥੋੜ੍ਹਾ ਹੌਸਲਾ ਕਰਾਇਆ ਵੀ ਕੋਈ ਫਿਕਰ ਨਾ ਕਰ, ਤੈਨੂੰ ਕੁਝ ਨਹੀਂ ਹੋਣ ਦੇਵਾਂਗੇ। ਮਹਾਂ ਅਗਾਧ ਨੀਰ ਪਰ ਚਲੇ, ਪਰ ਜਦੋਂ ਔਰੰਗਜ਼ੇਬ ਨੇ ਥੋੜ੍ਹਾ ਜਿਹਾ ਹੌਸਲਾ ਕੀਤਾ ਨਾ ਵੀ ਠੀਕ ਹੈ, ਹੁਣ ਔਰੰਗਜ਼ੇਬ ਦੀ ਨਿਗਾਹ ਅੱਗੇ ਨਦੀ 'ਤੇ ਪਈ ਹੈ ਅਤੇ ਨਦੀ ਦੇ ਵਿੱਚ ਬੜਾ ਪਾਣੀ ਛੱਲਾ ਮਾਰਦਾ ਪਿਆ, ਛਾਂ ਛਾਂ ਦੀ ਆਵਾਜ਼, ਬਾਦਸ਼ਾਹ ਜੇ ਥੋੜ੍ਹੀ ਜਿਹੀ ਹਿੰਮਤ ਕਰਦਾ ਅਤੇ ਪਾਣੀ ਵੇਖ ਕੇ ਹਿੰਮਤ ਸਾਰੀ ਟੁੱਟ ਜਾਂਦੀ ਹੈ, ਉਸ ਵੇਲੇ ਥੋੜ੍ਹਾ ਜਿਹਾ ਦਲੇਰ ਹੁੰਦਾ ਅਤੇ ਨਾਲ ਹੀ ਫਿਰ ਡਰਪੋਕ ਵੀ ਹੋ ਜਾਂਦਾ ਹੈ ਪਾਣੀ ਨੂੰ ਵੇਖ ਕੇ। ਕਹਿਣ ਲੱਗੇ ਇਸ ਤਰ੍ਹਾਂ ਇੱਕ ਦੋ ਚਰਨ ਰੰਗ ਉਠਾਏ, ਅਤੇ ਕਹਿਣ ਲੱਗੇ ਵੀ ਬਾਬਾ ਰਾਮ ਰਾਏ ਜੀ ਅੱਗੇ ਚੱਲ ਪਏ, ਕਹਿਣ ਲੱਗੇ ਲੈ ਫਿਰ ਅਸੀਂ ਚੱਲਦੇ ਹਾਂ ਅਤੇ ਵੇਖ ਅਸੀਂ ਡੁੱਬਦੇ ਹਾਂ ਕਿ ਬਚਦੇ ਹਾਂ। ਜਦੋਂ ਬਾਬਾ ਰਾਮ ਰਾਏ ਜੀ ਤੁਰੇ ਅਤੇ ਬਾਬਾ ਰਾਮ ਰਾਏ ਦੇ ਚਰਨਾਂ ਨੂੰ ਜਲ ਨਹੀਂ ਛੂਹਿਆ, ਸੋ ਜਲ ਸੁੱਕੇ ਚਰਨ ਜਿਹੜੇ ਨੇ ਸੁੱਕੇ ਰਹਿ ਜਲ ਦੇ ਵਿੱਚ, ਅਤੇ ਬਾਦਸ਼ਾਹ ਨੂੰ ਥੋੜ੍ਹਾ ਜਿਹਾ ਭਰੋਸਾ ਆਇਆ ਵੀ ਜੇ ਇਹ ਨਹੀਂ ਡੁੱਬੇ ਤਾਂ ਮੈਨੂੰ ਵੀ ਨਹੀਂ ਡੁੱਬਣ ਦੇਣਗੇ। ਕਹਿੰਦੇ ਬਾਦਸ਼ਾਹ ਨੇ ਇੱਕ ਪੈਰ ਆਪਣਾ ਪਾਣੀ ਵਿੱਚ ਰੱਖਿਆ ਅਤੇ ਫਿਰ ਦੂਜਾ ਪੈਰ ਵੀ ਪਾਣੀ ਵਿੱਚ ਰੱਖਿਆ ਹੈ। ਜਲ ਪਰ ਚੱਲਿਓ ਸ਼ੁਭਤ ਨਾ ਜਾਏ, ਅਤੇ ਕਹਿਣ ਲੱਗੇ ਵੀ ਬਾਦਸ਼ਾਹ ਜਿਹੜਾ ਹੈ ਨਾ ਉਹ ਪਾਣੀ ਦੇ ਉੱਪਰ ਤੁਰਿਆ ਜਾਂਦਾ ਹੈ ਅਤੇ ਪਾਣੀ ਜਿਹੜਾ ਹੈ ਉਹ ਔਰੰਗਜ਼ੇਬ ਦੇ ਪੈਰਾਂ ਨੂੰ ਛੋਹ ਨਹੀਂ ਸਕਦਾ, ਜਿਵੇਂ ਆਪਾਂ ਧਰਤੀ 'ਤੇ ਆਰਾਮ ਨਾਲ ਚੱਲਦੇ ਹਾਂ ਨਾ, ਇਸੇ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਬਾਬਾ ਰਾਮ ਰਾਏ ਜੀ ਦੇ ਨਾਲ ਪਾਣੀ ਦੇ ਉੱਪਰ ਬੜੇ ਆਰਾਮ ਨਾਲ ਮੌਜ ਨਾਲ ਤੁਰੇ ਜਾਂਦੇ ਹਨ। ਅਤ ਪ੍ਰਸੰਨ ਹੋਏ ਧੀਰਜ ਲਾਇਓ, ਹੁਣ ਬਾਦਸ਼ਾਹ ਦਾ ਜਿਹੜਾ ਉਹ ਮਨ ਧੜਕਦਾ ਸੀ ਨਾ, ਦਿਲ ਧੜਕਦਾ ਸੀ ਵੀ ਡਰ ਦੇ ਨਾਲ, ਉਹ ਹੁਣ ਧੜਕਣੋਂ ਬੰਦ ਹੋ ਗਿਆ, ਥੋੜ੍ਹਾ ਹੌਸਲਾ ਆਇਆ ਵੀ ਨਹੀਂ ਵਾਕਿਆ ਇਹਨਾਂ ਦੀ ਗੱਲ ਠੀਕ ਹੈ, ਮੈਂ ਡੁੱਬਾਂਗਾ ਨਹੀਂ, ਅਤੇ ਕਹਿਣ ਲੱਗੇ ਇਸ ਤਰ੍ਹਾਂ ਬਾਦਸ਼ਾਹ ਨੂੰ ਧੀਰਜ ਵੀ ਆ ਗਈ ਹੈ, ਹੌਸਲਾ ਵੀ ਆ ਗਿਆ ਅਤੇ ਨਾਲ ਹੀ ਬਾਦਸ਼ਾਹ ਖੁਸ਼ ਵੀ ਹੋ ਗਿਆ ਵੀ ਆਹ ਤਾਂ ਕਰਾਮਾਤ ਮੈਨੂੰ ਪਤਾ ਹੀ ਨਹੀਂ ਸੀ, ਇਹ ਵੀ ਇਹਨਾਂ ਨੇ ਮੈਨੂੰ ਵਿਖਾ ਦਿੱਤੀ ਹੈ। ਗੁਰਸੁੱਤ ਸੰਗ ਗਮਨ ਤਬ ਕੀ, ਕਹਿਣ ਲੱਗੇ ਵੀ ਇਸੇ ਤਰ੍ਹਾਂ ਬਾਬਾ ਰਾਮ ਰਾਏ ਜੀ ਦੇ ਨਾਲ ਬਾਦਸ਼ਾਹ ਜਿਹੜਾ ਹੈ ਉਹ ਤੁਰਿਆ ਜਾਂਦਾ ਹੈ। ਚਲੇ ਜਾਏ ਜਮਨਾ ਪਰ ਐਸੇ, ਕਹਿਣ ਲੱਗੇ ਵੀ ਜਮਨਾ ਦੇ ਪਾਣੀ ਦੇ ਉੱਪਰ ਬਾਬਾ ਰਾਮ ਰਾਏ
ਔਰ ਬਾਦਸ਼ਾਹ ਔਰੰਗਜ਼ੇਬ ਇਸ ਤਰ੍ਹਾਂ ਤੁਰੇ ਜਾਂਦੇ ਹਨ। ਸ਼ੁਸ਼ਕ ਸਬਲ ਪਰਪੰਥੀ ਜੈਸੇ, ਸੋ ਸ਼ੁਸ਼ਕ ਸਥਲ ਪਰ, ਸਥਲ ਧਰਤੀ, ਜਿਵੇਂ ਸੁੱਕੀ ਧਰਤੀ ਦੇ ਉੱਪਰ ਆਪਾਂ ਤੁਰਦੇ ਹਾਂ ਨਾ ਆਰਾਮ ਦੇ ਨਾਲ ਮੈਦਾਨੀ ਇਲਾਕੇ ਵਿੱਚ, ਜਿਸ ਤਰ੍ਹਾਂ ਆਰਾਮ ਨਾਲ ਤੁਰੀਦਾ, ਕਹਿੰਦੇ ਇਸੇ ਤਰ੍ਹਾਂ ਪਾਣੀ ਦੇ ਉੱਪਰ ਤੁਰੇ ਜਾਂਦੇ ਹਨ। ਸੁਣ ਕਰ ਸੂਬੇ ਗਨ ਉਮਰਾਵ, ਤੇ ਜਦੋਂ ਇਹ ਖਬਰ ਵਜ਼ੀਰਾਂ ਨੂੰ ਪਤਾ ਲੱਗੀ ਵੀ ਬਾਦਸ਼ਾਹ ਔਰੰਗਜ਼ੇਬ ਤੇ ਬਿਨਾਂ ਪਾਣੀ ਤੋਂ ਤੇ ਪਾਣੀ ਦੇ ਉੱਪਰ ਤੁਰਿਆ ਫਿਰਦਾ ਹੈ, ਕਹਿਣ ਲੱਗੇ ਜਿੰਨੇ ਸੂਬੇਦਾਰ ਸਨ, ਜਿੰਨੇ ਬਾਦਸ਼ਾਹ ਦੇ ਵਜ਼ੀਰ ਹਨ, ਦੌੜ ਦੌੜ ਦੇਖਿਆ ਚਿਤ ਚਾਵ, ਤੇ ਇਹ ਸਾਰੇ ਦੌੜ ਪਏ ਆਪੋ ਆਪਣੇ ਘਰਾਂ ਤੋਂ, ਜਿੱਥੇ ਜਿੱਥੇ ਕੋਈ ਬੈਠਾ ਸੀ ਨਾ, ਜਿਵੇਂ ਜਿਵੇਂ ਖਬਰ ਪਹੁੰਚੀ ਸਾਰੇ ਭੱਜ ਪਏ ਜਮਨਾ ਵੱਲ ਨੂੰ, ਵੇਖੀਏ ਬਾਦਸ਼ਾਹ ਕਿਵੇਂ ਪਾਣੀ 'ਤੇ ਤੁਰਦਾ ਹੈ, ਨਾਲੇ ਤੁਰਦਾ ਹੋਇਆ ਬਾਦਸ਼ਾਹ ਵੇਖਾਂਗੇ, ਨਾਲੇ ਬਾਦਸ਼ਾਹ ਦੀ ਥੋੜ੍ਹੀ ਖੁਸ਼ਾਮਦ ਕਰ ਲਵਾਂਗੇ, ਥੋੜ੍ਹੀ ਜਿਹੜੀ ਹੈ ਉਹਦੀ ਚਾਪਲੂਸੀ ਕਰ ਲਵਾਂਗੇ। ਇਸ ਤਰ੍ਹਾਂ ਵਜ਼ੀਰ ਜਿਹੜੇ ਨੇ ਦੌੜ ਦੌੜ ਕੇ ਪਹੁੰਚੇ ਹਨ। ਭਈ ਨਗਰ ਮੈਂ ਸੁਧ ਜਿਸ ਕਾਲ, ਜਦੋਂ ਵਜ਼ੀਰ ਭੱਜੇ ਤੇ ਵਜ਼ੀਰਾਂ ਨੂੰ ਭੱਜਦੇ ਆਮ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਬਾਜ਼ਾਰਾਂ ਵਿੱਚ ਬੈਠੇ ਸਨ ਘਰਾਂ ਵਿੱਚ ਵੀ ਕੀ ਹੋਇਆ, ਕਿ ਪਤਾ ਲੱਗਿਆ ਵੀ ਅੱਜ ਬਾਦਸ਼ਾਹ ਔਰੰਗਜ਼ੇਬ ਪਾਣੀ ਦੇ ਉੱਪਰ ਤੁਰਦਾ ਪਿਆ। ਕਹਿਣ ਲੱਗੇ ਵੀ ਇਹ ਜਿਹੜੀ ਖਬਰ ਹੈ ਨਾ ਦਿੱਲੀ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗ ਗਈ ਸਾਰਿਆਂ ਨੂੰ, ਤੇ ਫਿਰ ਉਸ ਵੇਲੇ ਧਾਏ ਧਾਏ ਆਵੇ ਨਰਜਾਲ, ਉਹ ਜਿਹੜੇ ਲੋਕ ਨੇ ਸਾਰੇ ਦਿੱਲੀ ਦੇ ਹੀ ਭੱਜ ਪਏ ਵੇਖਣ ਵਾਸਤੇ, ਕਿਉਂਕਿ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਨਾ ਵੀ ਪਾਣੀ ਉੱਪਰ ਕੋਈ ਤੁਰਦਾ ਨਹੀਂ, ਨਾ ਕਦੇ ਕਿਸੇ ਨੇ ਕੋਈ ਤੁਰਦਾ ਵੇਖਿਆ, ਲੋਕ ਦੌੜ ਪਏ ਉਸੇ ਵੇਲੇ ਵੀ ਚਲੋ ਚੱਲ ਕੇ ਵੇਖਣਾ ਕਰੀਏ। ਸਰਬ ਜਾਤ ਕੇ ਨਰਗਨ ਸੈਨਾ, ਕਹਿਣ ਲੱਗੇ ਵੀ ਸਾਰੀਆਂ ਜਾਤਾਂ ਦੇ ਲੋਕ, ਕੋਈ ਉੱਚੀ ਜਾਤ ਵਾਲਾ, ਨੀਵੀਂ ਜਾਤ ਵਾਲਾ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਕੌਣ ਹੈ, ਤੇ ਸਮੇਤ ਬਾਦਸ਼ਾਹ ਦੀ ਫੌਜ ਸਾਰੇ ਜਾਣੇ ਜਮਨਾ ਦੇ ਕੰਢੇ ਤੇ ਪਹੁੰਚ ਗਏ ਹਨ। ਸੁਣ ਅਚਰਜ ਚਾਹੇ ਪਿਖਨੇ ਨਾ, ਜਿਹੜਾ ਜਿਹੜਾ ਸੁਣਦਾ ਹੈ ਨਾ ਗੱਲ ਨੂੰ, ਉਹ ਪਹਿਲਾਂ ਕਹਿੰਦਾ ਵੀ ਨਹੀਂ ਯਾਰ ਇਹ ਤੇ ਨਹੀਂ ਹੋ ਸਕਦਾ, ਤੇ ਵੱਡੀ ਗੱਪ ਮਾਰ ਦਿੱਤੀ ਹੈ, ਪਾਣੀ ਤੇ ਬੰਦਾ ਕਿਵੇਂ ਤੁਰ ਸਕਦਾ, ਤੇ ਫਿਰ ਦੂਜਾ ਬੰਦਾ ਦੱਸਦਾ ਜੇ ਤੈਨੂੰ ਯਕੀਨ ਹੀ ਨਾ, ਜਾ ਫਿਰ ਜਾ ਕੇ ਵੇਖਿਆ ਫਿਰ ਤੈਨੂੰ ਯਕੀਨ ਆਵੇਗਾ। ਲੋਕ ਹੈਰਾਨ ਹੋ ਗਏ ਤੇ ਭੱਜ ਪਏ ਗਲੀਆਂ ਦੇ ਵਿੱਚੋਂ ਬਾਜ਼ਾਰਾਂ ਦੇ ਵਿੱਚੋਂ ਵੇਖਣ ਵਾਸਤੇ, ਕਹਿੰਦੇ ਇਸ ਤਰ੍ਹਾਂ ਲੋਕ ਇਕੱਠੇ ਹੁੰਦੇ ਹਨ। ਸੂਰਜ ਸੁਤਾ ਕੂਲ ਤਹਿ ਛਾਵਾ, ਕਹਿਣ ਲੱਗੇ ਵੀ ਜਿਹੜਾ ਸੂਰਜ ਹੈ ਨਾ, ਸੂਰਜ ਦੀ ਸਪੁੱਤਰੀ ਜਮਨਾ, ਕਹਿੰਦੇ ਜਮਨਾ ਦੇ ਕੰਢੇ ਦੇ ਉੱਪਰ ਨਿਕਸਿਓ ਨਗਰ ਬਿਸਮਤਾ ਪਾਵਾ, ਸਾਰਾ ਦਿੱਲੀ ਸ਼ਹਿਰ ਜਮਨਾ ਦੇ ਕੰਢੇ ਤੇ ਖੜ ਗਿਆ। ਜਿਹੜੇ ਜਮਨਾ ਦੇ ਪਰਲੇ ਕਿਨਾਰੇ ਤੇ ਰਹਿੰਦੇ ਸਨ ਜਾਂ ਦਿੱਲੀ ਸ਼ਹਿਰ ਹੈ ਉਹ ਦੂਜੇ ਕਿਨਾਰੇ ਤੇ ਖੜ ਗਏ, ਜਿਹੜੇ ਇਸ ਪਾਸੇ ਰਹਿੰਦੇ ਸਨ ਇਸ ਪਾਸੇ, ਕਹਿਣ ਲੱਗੇ ਵੀ ਪੂਰਾ ਜਮਨਾ ਦਾ ਕਿਨਾਰਾ ਲੋਕਾਂ ਦੇ ਨਾਲ ਹੀ ਭਰ ਗਿਆ, ਵੇਖਣ ਵਾਸਤੇ ਸਾਰਾ ਸ਼ਹਿਰ ਆ ਗਿਆ ਹੈ। ਮਹਾਕੁਲਾਹਲ ਦਿੱਲੀ ਪੁਰਮੈ, ਦਿੱਲੀ ਦੇ ਵਿੱਚ ਰੌਲਾ ਹੀ ਪੈ ਗਿਆ, ਜਿਹੜਾ ਕੋਈ ਜਾਂਦਾ ਕੋਈ ਇੱਧਰ ਨੂੰ ਭੱਜਾ ਜਾਂਦਾ ਕੋਈ ਉੱਧਰ ਨੂੰ ਭੱਜਾ ਜਾਂਦਾ, ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੋ ਗਿਆ ਹੈ। ਬਹੁਤ ਜ਼ਿਕਰ ਸਗਰੇ ਘਰ ਘਰ, ਹਰੇਕ ਘਰ ਦੇ ਵਿੱਚ ਗੱਲ ਹੀ ਇਹ ਚੱਲਦੀ ਪਈ ਹੈ, ਜਦੋਂ ਇੱਕ ਦੂਜੇ ਦੇ ਘਰ ਵਿੱਚ ਜਾਂਦੇ ਨਾ ਕੋਈ ਚੀਜ਼ ਲੈਣ ਵਾਸਤੇ ਕੋਈ ਦੇਣ ਵਾਸਤੇ, ਅਤੇ ਗੱਲ ਹੀ ਇਹ ਚੱਲਦੀ ਹੈ ਕੀ ਹੋ ਰਿਹਾ, ਕਹਿੰਦੇ ਜੀ ਬਾਦਸ਼ਾਹ ਪਾਣੀ 'ਤੇ ਤੁਰਿਆ ਫਿਰਦਾ, ਦਿੱਲੀ ਦੇ ਹਰੇਕ ਘਰ ਦੇ ਵਿੱਚ ਪਾਣੀ 'ਤੇ ਚੱਲਣ ਦੀਆਂ ਗੱਲਾਂ ਹੋ ਰਹੀਆਂ ਹਨ। ਦੋਨੋਂ ਜਲ ਪਰ ਥਲ ਜਿਵੇਂ ਆਵਤ, ਕਹਿਣ ਲੱਗੇ ਵੀ ਦੋਨੇ ਜਾਣੇ ਬਾਬਾ ਰਾਮ ਰਾਏ ਔਰ ਬਾਦਸ਼ਾਹ ਔਰੰਗਜ਼ੇਬ ਇਸ ਤਰ੍ਹਾਂ ਪਾਣੀ 'ਤੇ ਤੁਰੇ ਫਿਰਦੇ ਜਿਵੇਂ ਧਰਤੀ 'ਤੇ ਤੁਰਦੇ ਹਨ। ਦੇਖਤ ਸਭ ਕੇ ਚਰਨ ਉਠਾਵਤ, ਅਤੇ ਨਾਲ ਇਹ ਗੱਲ ਹੈ ਵੀ ਇਹ ਨਹੀਂ ਵੀ ਉਹ ਪੈਰ ਜੋੜ ਕੇ ਖਲੋਤੇ ਨੇ ਅਤੇ ਪਾਣੀ ਦੇ ਉੱਪਰ ਬਸ ਉਸੇ ਤਰ੍ਹਾਂ ਹੀ ਨੇ, ਨਹੀਂ, ਜਿਵੇਂ ਆਪਾਂ ਧਰਤੀ 'ਤੇ ਤੁਰਦੇ ਹਾਂ ਨਾ ਇੱਕ ਪੈਰ ਚੁੱਕਦੇ ਹਾਂ ਫਿਰ ਦੂਜਾ ਰੱਖਦੇ ਹਾਂ ਵਾਰੀ ਵਾਰੀ ਆਪਣੇ ਕਦਮਾਂ ਨੂੰ ਅੱਗੇ ਪੱਟੀ ਦਾ, ਇਸੇ ਤਰ੍ਹਾਂ ਪਾਣੀ ਦੇ ਉੱਪਰ ਵੀ ਆਪਣੇ ਕਦਮ ਪੁੱਟਦੇ ਪਏ ਨੇ, ਇੱਕ ਪੈਰ ਅੱਗੇ ਰੱਖ ਕੇ ਫਿਰ ਦੂਜੇ ਨੂੰ ਅੱਗੇ ਰੱਖ ਕੇ, ਜਿਵੇਂ ਧਰਤੀ 'ਤੇ ਤੁਰਦੇ ਹਾਂ ਇਸੇ ਤਰ੍ਹਾਂ ਪਾਣੀ 'ਤੇ ਤੁਰਦੇ ਪਏ ਹਨ। ਮੰਦ ਮੰਦ ਧੀਰਜ ਚਾਹੇ, ਅਤੇ ਕਹਿਣ ਲੱਗੇ ਵੀ ਬੜੇ ਆਰਾਮ ਦੇ ਨਾਲ, ਇੱਕ ਤਾਂ ਹੁੰਦਾ ਨਾ ਵੀ ਭੱਜ ਜਾਈਏ ਛੇਤੀ ਨਾਲ ਵੀ ਕਿਤੇ ਡੁੱਬ ਨਾ ਜਾਈਏ, ਨਹੀਂ, ਬੜੇ ਆਰਾਮ ਦੇ ਨਾਲ ਆਪਸ ਵਿੱਚ ਗੱਲਾਂ ਬਾਤਾਂ ਕਰਦਿਆਂ ਤੁਰੇ ਜਾਂਦੇ ਹਨ। ਬਿਲਸਤ ਬਾਤਨ ਆਪਸ ਮਾਹ, ਆਪਸ ਵਿੱਚ ਗੱਲਾਂ ਵੀ ਕਰਦੇ, ਲੋਕਾਂ ਨੂੰ ਗੱਲਾਂ ਤਾਂ ਨਹੀਂ ਸੁਣਾਈ ਦਿੰਦੀਆਂ ਪਰ ਉਹਨਾਂ ਦੇ ਸਰੀਰ ਦੀ ਜਿਹੜੀ ਹਰਕਤ ਹੋ ਰਹੀ ਹੈ, ਹੱਥਾਂ ਦੇ ਇਸ਼ਾਰੇ ਹੋ ਰਹੇ ਨੇ, ਮੂੰਹ ਬੋਲਦਾ ਪਿਆ, ਹਿਲਦਾ ਪਿਆ, ਉੱਥੋਂ ਲੱਗਦਾ ਪਿਆ ਵੀ ਇਹ ਗੱਲਾਂ ਕਰਦੇ, ਔਰ ਗੱਲਾਂ ਵੀ ਇਹੋ ਜਿਹੀਆਂ ਚੱਲਦੀਆਂ ਪਈਆਂ ਵੀ ਦੋਵੇਂ ਜਣੇ ਹੱਸਦੇ ਪਏ ਦਿਖਾਈ ਦਿੰਦੇ ਨੇ, ਬਾਦਸ਼ਾਹ ਔਰੰਗਜ਼ੇਬ ਵੀ ਹੱਸਦਾ ਪਿਆ, ਉਹਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਹੈ ਵੀ ਪਹਿਲੀ ਵਾਰੀ ਪਾਣੀ 'ਤੇ ਤੁਰਿਆ ਹਾਂ, ਬਾਦਸ਼ਾਹ ਵੀ ਹੱਸਦਾ ਪਿਆ ਅਤੇ ਬਾਬਾ ਰਾਮ ਰਾਏ ਵੀ ਗੱਲਾਂ ਕਰਕੇ ਖੁਸ਼ ਹੋ ਰਹੇ ਹਨ। ਅੰਤਹਿਪੁਰ ਮੈਂ ਜਬ ਸੁਧ ਗਈ, ਕਹਿਣ ਲੱਗੇ ਵੀ ਇਹ ਖਬਰ ਹੁਣ ਬਾਦਸ਼ਾਹ ਦੇ ਮਹਿਲਾਂ 'ਤੇ ਚਲੇ ਗਈ, ਮਹਿਲਾਂ ਦੇ ਵਿੱਚ ਬਾਦਸ਼ਾਹ ਦੀਆਂ ਰਾਣੀਆਂ ਰਹਿੰਦੀਆਂ ਨੇ, ਪੁੱਤਰ ਪਰਿਵਾਰ ਇਤਿਆਦਿਕ ਰਹਿੰਦਾ, ਇਹ ਖਬਰ ਕਿਸੇ ਸਿਪਾਹੀ ਨੇ ਦੌੜ ਕੇ ਜਾ ਕੇ ਮਹਿਲਾਂ ਵੀ ਦੱਸੀ ਵੀ ਬਾਦਸ਼ਾਹ ਔਰੰਗਜ਼ੇਬ ਅੱਜ ਪਾਣੀ ਦੇ ਉੱਪਰ ਤੁਰਿਆ ਫਿਰਦਾ ਹੈ। ਖਰੀ ਝਰੋਖਨ ਝਾਂਕਤ ਪਈ, ਅਤੇ ਕਹਿਣ ਲੱਗੇ ਵੀ ਬੇਗਮਾਂ ਵੀ ਹੈਰਾਨ ਹੋ ਗਈਆਂ ਵੀ ਇਹ ਬਾਦਸ਼ਾਹ ਕੋਲ ਕਿਹੜੀ ਇਹੋ ਜਿਹੀ ਕਰਾਮਾਤ ਹੈ, ਕਿਸੇ ਨੇ ਦੱਸਿਆ ਵੀ ਨਹੀਂ ਬਾਬਾ ਰਾਮ ਰਾਏ ਜੀ ਸਭ ਕੁਝ ਕਰਦੇ ਪਏ, ਅਤੇ ਬਾਦਸ਼ਾਹ ਦੀਆਂ ਬੇਗਮਾਂ ਜਿਹੜੀਆਂ ਸਨ ਉਹ ਕਿਲ੍ਹੇ ਦੀ ਅਟਾਰੀ ਦੇ ਉੱਪਰ ਚੜ ਗਈਆਂ, ਉੱਪਰਲੇ ਕਿਲ੍ਹੇ ਦੀ ਜਿਹੜੀ ਸਭ ਤੋਂ ਉੱਪਰਲੀ ਮੰਜ਼ਿਲ ਹੈ ਨਾ ਉੱਥੇ ਚੜ੍ਹ ਕੇ, ਅਤੇ ਉਹ ਜਿਹੜੇ ਕਿਲ੍ਹੇ ਦੇ ਬਣੇ ਨੇ ਝਰੋਖੇ ਬਣੇ ਨੇ ਰੋਸ਼ਨਦਾਨ ਬਣੇ ਨੇ ਵੇਖਣ ਵਾਸਤੇ, ਉਹਨਾਂ ਝਰੋਖਿਆਂ ਦੇ ਵਿੱਚੋਂ ਦੀ ਬਾਹਰ ਨੂੰ ਵੇਖਦੀਆਂ ਪਈਆਂ
ਕਿ ਉੱਥੋਂ ਜਿਹੜੀ ਹੈ ਜਮਨਾ ਦਿਸਦੀ ਪਈ ਹੈ। ਸੋ ਕਿਲ੍ਹੇ ਤੋਂ ਉੱਪਰ ਚੜ੍ਹ ਕੇ ਇਹ ਰਾਣੀਆਂ ਜਿਹੜੀਆਂ ਨੇ ਆਪਣੇ ਮਹਿਲਾਂ ਤੋਂ ਬਾਦਸ਼ਾਹ ਨੂੰ ਵੇਖਦੀਆਂ ਹਨ। ਬਿਸਮੈ ਹੇਰ ਹੇਰ ਸਭ ਕੋ। ਅਤੇ ਜਦੋਂ ਇੱਕ ਰਾਣੀ ਵੇਖਦੀ ਹੈ ਫਿਰ ਦੂਜੀ ਨੂੰ ਦੱਸਦੀ ਹੈ, ਦੂਜੀ ਵੇਖ ਕੇ ਤੀਜੀ ਨੂੰ ਦੱਸਦੀ ਹੈ, ਰਾਣੀਆਂ ਸਾਰੀਆਂ ਬਾਦਸ਼ਾਹ ਦੀਆਂ ਹੈਰਾਨ ਹਨ। ਸਭ ਨੂੰ ਲਗਾਏ ਦ੍ਰਿਗ ਦ੍ਰਿਸ਼ ਦੋ। ਅਤੇ ਸਾਰਿਆਂ ਨੇ ਨਾ ਆਪਣੀਆਂ ਅੱਖਾਂ ਜਮਨਾ ਵਾਲੇ ਪਾਸੇ ਹੀ ਕਰ ਛੱਡੀਆਂ। ਸਾਰੀਆਂ ਰਾਣੀਆਂ ਆਪੋ ਆਪਣੇ ਟਿਕਾਣਿਆਂ 'ਤੇ ਖੜ੍ਹ ਕੇ ਅਤੇ ਆਪਣੀਆਂ ਅੱਖਾਂ ਦੇ ਨਾਲ ਜਮਨਾ ਦੇ ਕਿਨਾਰੇ ਨੂੰ ਦੇਖ ਰਹੀਆਂ ਜਿੱਥੇ ਬਾਦਸ਼ਾਹ ਔਰੰਗਜ਼ੇਬ ਤੁਰਿਆ ਜਾਂਦਾ ਹੈ। ਨਾਰ ਨਾਰੀ ਬਾਲਕ ਬ੍ਰਿਧ ਜਵਾਨ। ਅਤੇ ਕਹਿਣ ਲੱਗੇ ਵੀ ਇੱਧਰੋਂ ਦਿੱਲੀ ਦੇ ਵਿੱਚ ਜਿਹੜੀਆਂ ਨਰ ਮਨੁੱਖ ਨੇ ਉਹ ਵੀ ਦੌੜੇ ਨੇ ਅਤੇ ਨਾਰੀ ਇਸਤਰੀਆਂ ਵੀ, ਉਹਨਾਂ ਦੀਆਂ ਘਰ ਵਾਲੀਆਂ ਵੀ ਦੌੜ ਕੇ ਗਈਆਂ ਵੀ ਅਸੀਂ ਵੀ ਵੇਖ ਕੇ ਆਈਏ, ਅਸੀਂ ਕਿ ਉਹ ਪਿੱਛੇ ਰਹਿ ਜਾਈਏ। ਇਸੇ ਤਰ੍ਹਾਂ ਜਿਹੜੇ ਬਾਲਕ ਬੱਚੇ ਨੇ ਉਹ ਵੀ ਦੌੜੇ ਜਾਂਦੇ ਵੇਖਣ ਵਾਸਤੇ ਅਤੇ ਜਿਹੜੇ ਬੁੱਢੇ ਬਜ਼ੁਰਗ ਨੇ ਜਿਨ੍ਹਾਂ ਦੇ ਕੋਲੋਂ ਬਹੁਤਾ ਨਹੀਂ ਤੁਰਿਆ ਜਾਂਦਾ ਜਾਂ ਘਰ ਵਿੱਚ ਹੀ ਬੈਠੇ ਰਹਿੰਦੇ, ਉਹਨਾਂ ਨੇ ਵੀ ਆਪਣੇ ਪਰਿਵਾਰਾਂ ਨੂੰ ਆਖਿਆ ਵੀ ਸਾਨੂੰ ਵੀ ਚੁੱਕ ਕੇ ਉੱਥੇ ਲੈ ਕੇ ਜਾਓ, ਸਾਨੂੰ ਵੀ ਵਿਖਾਓ। ਅਸੀਂ ਤਾਂ ਸਾਰੀ ਜ਼ਿੰਦਗੀ ਨਾ ਇਹ ਗੱਲ ਸੁਣੀ ਹੈ ਨਾ ਵੇਖੀ ਹੈ ਕਿ ਬੰਦਾ ਪਾਣੀ 'ਤੇ ਤੁਰ ਸਕਦਾ। ਕਹਿਣ ਲੱਗੇ ਬਜ਼ੁਰਗ ਵੀ ਜਿਹੜੇ ਨੇ ਦਿੱਲੀ ਦੇ ਉਹ ਜਮਨਾ ਦੇ ਕੰਢੇ 'ਤੇ ਪਹੁੰਚ ਗਏ ਹਨ। ਰਹੇ ਪਰਸਪਰ ਬਹੁ ਬਖਿਆਨ। ਅਤੇ ਆਪਸ ਵਿੱਚ ਲੋਕ ਇੱਕ ਦੂਜੇ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਹਨ। ਜਲ ਪਰ ਜਾਤ ਤਨਕ ਨਹਿ ਛੂਇਓ। ਅਤੇ ਲੋਕ ਗੱਲਾਂ ਕਰਦੇ ਕਹਿੰਦੇ ਵੇਖੋ ਵੀ ਉਹ ਪਾਣੀ 'ਤੇ ਤੁਰੇ ਫਿਰਦੇ ਅਤੇ ਪਾਣੀ 'ਤੇ ਉਹਨਾਂ ਦੇ ਪੈਰਾਂ ਨੂੰ ਲੱਗਦਾ ਹੀ ਕੋਈ ਨਹੀਂ ਪਿਆ, ਉਹਨਾਂ ਦੇ ਪੈਰ ਬਿਲਕੁਲ ਸੁੱਕੇ ਹਨ। ਪਨਹੀ ਸ਼ੁਸ਼ਕ ਸੁਗਮ ਮਗ ਲਏ। ਉਹਨਾਂ ਦੀਆਂ ਜੁੱਤੀਆਂ ਵੀ ਸੁੱਕੀਆਂ ਨੇ, ਜੁੱਤੀਆਂ ਵੀ ਪਾਣੀ ਵਿੱਚ ਨਹੀਂ ਡੁੱਬੀਆਂ। ਚਲੋ ਥੋੜ੍ਹਾ ਬਹੁਤਾ ਗਿੱਟੇ ਤੱਕ ਤਾਂ ਪਾਣੀ ਆਉਣਾ ਚਾਹੀਦਾ ਨਾ। ਹੁਣ ਜਿਹੜੇ ਪਾਣੀ ਵਿੱਚ ਵਿਚਾਰੇ ਜਾ ਨਹੀਂ ਸਕਦੇ ਜਾਂ ਜਿਹੜੇ ਪਾਣੀ 'ਤੇ ਤੁਰ ਨਹੀਂ ਸਕਦੇ ਉਹ ਕੀ ਕਰ ਸਕਦੇ, ਤਰਕ ਹੀ ਕਰ ਸਕਦੇ ਨਾ, ਗੱਲ ਹੀ ਬਣਾ ਸਕਦੇ ਕੋਈ ਨਾ ਕੋਈ। ਕਹਿਣ ਲੱਗੇ ਵੀ ਇਹ ਤਾਂ ਗੱਲ ਚੰਗੀ ਜੀ ਨਹੀਂ ਲੱਗੀ, ਚਲੋ ਥੋੜ੍ਹਾ ਬਹੁਤਾ ਗਿੱਟੇ ਤੱਕ ਤਾਂ ਪਾਣੀ ਆਉਣਾ ਚਾਹੀਦਾ। ਦੂਜਾ ਕਹਿੰਦਾ ਨਹੀਂ ਗੋਡੇ ਤੱਕ ਆਉਣਾ ਚਾਹੀਦਾ ਸੀ, ਤਾਂ ਹੀ ਪਤਾ ਲੱਗਦਾ ਨਾ ਪਾਣੀ ਦੇ ਵਿੱਚ ਆ। ਇਹਨਾਂ ਦੀਆਂ ਤਾਂ ਜੁੱਤੀਆਂ ਹੀ ਸੁੱਕੀਆਂ ਨੇ, ਜੁੱਤੀਆਂ ਨੂੰ ਵੀ ਪਾਣੀ ਨਹੀਂ ਲੱਗਾ। ਇਸ ਤਰ੍ਹਾਂ ਲੋਕ ਗੱਲਾਂ ਕਰਦੇ ਹਨ। ਸਤਿਗੁਰ ਸੁੱਤ ਕੇ ਕੀਰਤ ਕਹੇ। ਪਰ ਇਹਦੇ ਵਿੱਚ ਬਾਦਸ਼ਾਹ ਨੂੰ ਕੋਈ ਨਹੀਂ ਕਹਿ ਰਿਹਾ ਵੀ ਬਾਦਸ਼ਾਹ ਬੜਾ ਚੰਗਾ ਜਾਂ ਬੜਾ ਵੱਡਾ। ਇਹਦੇ ਵਿੱਚ ਸਾਰੇ ਦਿੱਲੀ ਦੇ ਲੋਕ ਜਿਹੜੇ ਨੇ ਬਾਬਾ ਰਾਮ ਰਾਏ ਨੂੰ ਵੱਡਾ ਕਹਿ ਰਿਹਾ, ਕਹਿੰਦੇ ਵੀ ਬਾਦਸ਼ਾਹ ਥੋੜ੍ਹੀ ਪਾਣੀ 'ਤੇ ਤੁਰ ਸਕਦਾ, ਜੇ ਤੁਰ ਸਕਦਾ ਤਾਂ ਪਹਿਲਾਂ ਕਿਉਂ ਨਹੀਂ ਤੁਰਿਆ। ਇਹ ਤਾਂ ਬਸ ਬਾਬਾ ਰਾਮ ਰਾਏ ਦੀ ਕਿਰਪਾ ਵਰਤੀ ਹੈ, ਇਹ ਸਭ ਕੁਝ ਉਹੀ ਕਰਨ ਵਾਲੇ ਹਨ। ਇਸ ਕੇ ਸਮ ਦੂਸਰ ਹੈ, ਇਹਨਾਂ ਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ ਦਿੱਲੀ ਦੇ ਵਿੱਚ ਕੀ ਪੂਰੀ ਦੁਨੀਆਂ ਦੇ ਵਿੱਚ ਵੀ, ਇਹਨਾਂ ਵਰਗਾ ਕੋਈ ਦੂਜਾ ਨਹੀਂ ਹੈ। ਜਿਮ ਚਾਹਤ ਤਿਮ ਕਰਤ ਸੁਖਾ। ਬਾਬਾ ਰਾਮ ਰਾਏ ਜੀ ਜਿਵੇਂ ਚਾਹੁਣ ਸੌਖਾ ਹੀ, ਬਹੁਤਾ ਉਹਨਾਂ ਨੂੰ ਕਸ਼ਟ ਨਹੀਂ ਸਹਿਣਾ ਪੈਂਦਾ, ਬੜੇ ਆਰਾਮ ਦੇ ਨਾਲ ਉਸੇ ਤਰ੍ਹਾਂ ਕਰ ਸਕਦੇ ਉਹ ਕਰ ਲੈਂਦੇ ਹਨ। ਪੀਰਨ ਪੀਰ ਅਜ਼ਮਤੀ ਭਾਰੇ। ਬਾਬਾ ਰਾਮ ਰਾਏ ਜੀ ਪੀਰਾਂ ਦੇ ਪੀਰ ਨੇ, ਜਿਹੜੇ ਪੀਰ ਨੇ ਨਾ ਸ਼ਕਤੀ ਵਾਲੇ, ਪੀਰ ਕਿਹਾ ਜਾਂਦਾ ਜਿਹੜੀਆਂ ਪਵਿੱਤਰ ਆਤਮਾਵਾਂ ਨੇ ਰੱਬ ਦਾ ਸਿਮਰਨ ਕਰਨ ਵਾਲੇ। ਕਹਿਣ ਲੱਗੇ ਉਹਨਾਂ ਪੀਰਾਂ ਦੇ ਵੀ ਇਹ ਪੀਰ ਨੇ, ਭਾਵ ਉਹਨਾਂ ਪੀਰਾਂ ਦੇ ਵੀ ਗੁਰੂ ਨੇ, ਉਹ ਵੀ ਇਹਨਾਂ ਤੋਂ ਥੱਲੇ ਨੇ, ਪੀਰਾਨ ਪੀਰ ਨੇ, ਪੀਰਾਂ ਤੋਂ ਵੱਡੇ ਪੀਰ ਹਨ, ਇਹਨਾਂ ਵਰਗਾ ਕੋਈ ਨਹੀਂ। ਅਜ਼ਮਤੀ ਭਾਰੇ, ਇਹਨਾਂ ਵਿੱਚ ਬਹੁਤ ਜ਼ਿਆਦੀਆਂ ਅਜ਼ਮਤਾਂ ਸ਼ਕਤੀਆਂ ਹਨ, ਇਹਨਾਂ ਵਰਗਾ ਕੋਈ ਸ਼ਕਤੀ ਵਾਲਾ ਨਹੀਂ ਹੈ। ਨਿਤ ਅਦ ਭੁੱਤ ਗਤ ਕੋ ਦਿਖਰਾ। ਇਹ ਹਰ ਰੋਜ਼ ਨਵੇਂ ਤੋਂ ਨਵੀਂ ਗੱਲ, ਨਵੇਂ ਤੋਂ ਨਵਾਂ ਕੰਮ ਬਾਦਸ਼ਾਹ ਨੂੰ ਔਰ ਬਾਦਸ਼ਾਹ ਦੇ ਵਜ਼ੀਰਾਂ ਨੂੰ ਕਰਕੇ ਵਿਖਾਉਂਦੇ ਹਨ। ਹੈ ਸ਼ਾਹੋ ਜਿਮ ਤੁਰਤ ਬਣਾਵੇ। ਬਾਦਸ਼ਾਹ ਜਿਵੇਂ ਵੀ ਕਹਿੰਦਾ ਹੈ। ਹੁਣ ਕਈ ਗੱਲਾਂ ਤਾਂ ਇਹੋ ਜਿਹੀਆਂ, ਜਿਵੇਂ ਹੁਣ ਆਪਾਂ ਸੁਣਿਆ ਸੀ ਬੱਕਰਾ ਮਾਰ ਕੇ ਖਾ ਵੀ ਲਿਆ ਅਤੇ ਬਾਦਸ਼ਾਹ ਨੇ ਆਖਿਆ ਵੀ ਜਿਉਂਦਾ ਚਾਹੀਦਾ ਅਤੇ ਹੋ ਗਿਆ। ਸਵਰਗਾਂ ਦੇ ਫਲ ਲੈ ਕੇ ਆਉਣੇ, ਜਿਹੜਾ ਫਲ ਕਦੇ ਕਿਸੇ ਨੇ ਵੇਖਿਆ ਹੀ ਨਹੀਂ, ਜਿਹੜਾ ਕਿਸੇ ਨੇ ਸੁਣਿਆ ਨਹੀਂ, ਉਹ ਵੀ ਬਾਬਾ ਰਾਮ ਰਾਏ ਨੇ ਝੱਟ ਹੀ ਲਿਆ ਕੇ ਕਰ ਦਿੱਤਾ। ਸੋ ਲੋਕ ਇਹ ਗੱਲਾਂ ਕਰਦੇ ਕਹਿੰਦੇ ਵੀ ਜਿਹੜੀਆਂ ਗੱਲਾਂ ਕਦੇ ਸੁਣੀਆਂ ਵੇਖੀਆਂ ਨਹੀਂ ਬਾਬਾ ਰਾਮ ਰਾਏ ਤੇ ਉਹ ਵੀ ਕਰ ਦਿੰਦੇ ਹਨ। ਬਾਰ ਕੂਲ ਕਲੰਦਰੀ ਗਏ। ਕਹਿਣ ਲੱਗੇ ਵੀ ਇਸ ਤਰ੍ਹਾਂ ਜਮਨਾ ਦੇ ਉੱਪਰ ਗੱਲਾਂ ਬਾਤਾਂ ਕਰਦਿਆਂ ਹੋਇਆਂ ਬਾਬਾ ਰਾਮ ਰਾਏ ਜੀ ਇੱਧਰਲੇ ਕਿਨਾਰੇ ਤੋਂ, ਜਿਹੜੇ ਕਿਨਾਰੇ ਤੋਂ ਅੰਦਰ ਗਏ ਸਨ ਉਸ ਕਿਨਾਰੇ ਤੋਂ ਅੰਦਰ ਜਾ ਕੇ ਅਤੇ ਦੂਜੇ ਕਿਨਾਰੇ ਤੋਂ ਬਾਹਰ ਨਿਕਲ ਗਏ, ਪਰਲੇ ਪਾਸੇ ਚਲੇ ਗਏ, ਪਾਰ ਹੋ ਗਏ ਜਮਨਾ ਤੋਂ, ਗੱਲਾਂ ਬਾਤਾਂ ਕਰਦਿਆਂ ਪਹੁੰਚ ਗਏ ਹਨ। ਸਨੇ ਸਨੇ ਪਿਕ ਫਿਰ ਤੇ ਭਏ। ਕਹਿਣ ਲੱਗੇ ਵੀ ਇਸ ਤਰ੍ਹਾਂ ਹੌਲੀ ਹੌਲੀ, ਸੋ ਬਾਬਾ ਰਾਮ ਰਾਏ ਜੀ ਜਿਹੜੇ ਨੇ ਉਹ ਫਿਰ ਕੇ ਵੇਖਦੇ ਪੈਣ, ਜਦੋਂ ਪਰਲੇ ਕਿਨਾਰੇ ਚਲੇ ਗਏ, ਕੁਝ ਉੱਧਰਲੇ ਬੰਨੇ ਸੈਰ ਕੀਤੀ ਹੈ, ਇਸ ਤਰ੍ਹਾਂ ਹੌਲੀ ਹੌਲੀ ਬੜੇ ਆਰਾਮ ਦੇ ਨਾਲ ਇੱਧਰੋਂ ਉੱਧਰ ਨੂੰ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਨੂੰ ਲੈ ਕੇ ਪਹੁੰਚੇ ਨੇ। ਹੁਣ ਪਰਲੇ ਕਿਨਾਰੇ ਤੋਂ ਉਰਲੇ ਕਿਨਾਰੇ 'ਤੇ ਕਿਵੇਂ ਆਉਣਗੇ, ਬਾਬਾ ਰਾਮ ਰਾਏ ਜੀ ਕੀ ਕਰਦੇ ਨੇ, ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ ਗੁਰੂ ਰਹਿਮਤ ਕਰੇ, ਉਪਦੇਸ਼ ਸਾਡੇ ਹਿਰਦੇ ਵਸੇ, ਸਾਡਾ ਭਲਾ ਹੋਵੇ।